ਅਸਲਾਮ ਵਾਲੇਕਮ ਜੀ, ਆਓ ਅੱਜ ਮੈਂ ਤੁਹਾਨੂੰ ਇੱਕ ਐਸੀ ਫਸਲ ਦਿਖਾਉਣਾ, ਐਸਾ ਬਾਗ ਦਿਖਾਉਣਾ ਜਿਹੜਾ ਹੁਣ ਤੱਕ ਤੁਸੀਂ ਖਬਰੇ ਨਾ ਹੀ ਦੇਖਿਆ ਹੋਵੇ। ਜੇ ਕਿਸੇ ਨੇ ਦੇਖਿਆ ਵੀ ਹੋਣਾ ਤਾਂ ਟਾਵੇਂ ਟਿੱਲੇ ਬੰਦੇ ਨੇ ਦੇਖਿਆ ਹੋਣਾ। ਜਿਹੜਾ ਬਾਗ ਮੈਂ ਤੁਹਾਨੂੰ ਵਿਖਾਉਣ ਚੱਲਾਂ, ਉਸ ਬਾਗ ਦੀ ਉਮਰ ਆ 28 ਸਾਲ। 28 ਸਾਲ, 28 ਸਾਲ ਹੋ ਗਏ ਉਹਨੂੰ ਬਾਗ ਲਾਈ ਬੈਠਾ, ਅਤੇ 28 ਸਾਲਾਂ 'ਤੇ ਹਜੇ ਕਿਸੇ ਦੂਏ ਬੰਦੇ ਨੇ ਨਹੀਂ ਲਾਇਆ। ਉਹਨੂੰ ਲੱਗੇ ਨੂੰ 28 ਸਾਲ ਹੋ ਗਏ, ਹੋਰ ਕਿਸੇ ਨੇ ਲਾਇਆ ਨਹੀਂ। ਸਾਡੇ ਬੰਦੇ ਇੱਥੇ ਲਾ ਕੇ 3 ਸਾਲ ਸਬਰ ਨਹੀਂ ਕਰਦੇ, ਅਤੇ ਉਹਨੂੰ 28 ਸਾਲ ਹੋ ਗਏ ਉਹਨੇ ਉਹ ਬਾਗ ਲਾਇਆ ਹੈ। ਕੈਸਾ ਉਹ ਤੋਲਿਆਂ 'ਚ ਵਿਕਣ ਵਾਲਾ ਫਲ ਆ, ਕੈਸੀ ਉਹ ਆਈਟਮ ਆ, ਕੀ ਸ਼ੈ ਆ ਇੰਨੀ ਮਹਿੰਗੀ? ਅਤੇ ਮੈਂ ਕਹਿੰਦਾ ਕਿ ਉਹਦੀ ਸਾਰੀ ਆਮਦਨ ਉਹਦੀ ਇੱਚੀ ਮਿੱਚੀ ਉੱਥੇ ਜਾ ਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਤੇ ਹੋਰ ਵੀ ਤੁਹਾਨੂੰ ਅੱਜ ਬਹੁਤ ਕੁਛ ਵਿਖਾਉਣਾ, ਇੱਕ 100 ਸਾਲਾ ਤਾਰੀਖੀ ਹਵੇਲੀ ਵੀ ਤੁਹਾਡੇ ਤੱਕ ਪਹੁੰਚਾਉਣੀ, ਇੱਕ ਦੋ ਹੋਰ ਬਾਗ ਆ ਵੀ ਤੁਹਾਨੂੰ ਵਿਖਾਉਂਦੇ ਹਾਂ। ਅੱਜ ਸਾਡੇ ਨਾਲ ਜੁੜੇ ਰਹੋ, ਅਸੀਂ ਚੱਲੇ ਹਾਂ ਆਗਰਾ। ਆਗਰਾ ਆ ਜਾਓ, ਆਓ ਚੱਲੀਏ। ਅਸਲਾਮ ਵਾਲੇਕਮ ਜੀ, ਅਸੀਂ ਇਸ ਟਾਈਮ ਜੀ ਪ੍ਰਾਹੁਣੇ ਬਣੇ ਹਾਂ ਜੀ, ਰਜ਼ੀਉਲ ਕਰੀਮ ਚੀਮਾ ਸਾਹਿਬ ਆ, ਇਹ ਪਿੰਡ ਆਗਰਾ, ਬਤਾਲੀ 12 ਐਲ ਚੀਚਾ ਪਤਨੀ ਦੇ ਵਿੱਚ ਅਸੀਂ ਬੈਠੇ ਹਾਂ। ਅਤੇ ਅੱਜ ਅਸੀਂ ਤੁਹਾਨੂੰ ਇੱਕ ਬੜੀ ਮੋਟੀ ਫਸਲ ਅਤੇ ਇਹ ਨਵੀਂ ਫਸਲ ਵੀ ਜਿਹੜੀ ਮਹਿੰਗੀਆਂ ਫਸਲਾਂ ਦੇ ਵਿੱਚ ਆਉਂਦੀ ਆ ਅਤੇ ਹੈ ਵੀ ਵੱਡੀ ਫਸਲ ਆ, ਅਤੇ ਉਹ ਫਸਲ ਵੀ ਐਸੀ ਆ ਵੀ ਕਈ ਬੰਦਿਆਂ ਨੂੰ ਖਬਰੇ ਇਹ ਵੀ ਨਾ ਪਤਾ ਹੋਵੇ ਵੀ ਜਿਹੜਾ ਅਸੀਂ ਤੁਹਾਨੂੰ ਬੂਟਾ ਵਿਖਾਉਣਾ ਆ, ਬਾਗ ਵਿਖਾਉਣਾ ਆ, ਜਿਹੜੀ ਸ਼ਾਇਦ ਆ ਕਈ ਬੰਦਿਆਂ ਨੂੰ ਹਜੇ ਇਹੀ ਤਸੱਲੀ ਨਹੀਂ ਹੁੰਦੀ ਵੀ ਇਹ ਬੂਟਿਆਂ ਨੂੰ ਲੱਗਦੀ। ਆਹੋ, ਕਈ ਸਮਝਦੇ ਵੀ ਉਂਝ ਹੀ ਫੈਕਟਰੀ 'ਚ ਬਣਦੀਆਂ। ਅਸੀਂ ਆਏ ਜੀ ਹਰੀੜ ਦਾ, ਹੈਂ ਰੀੜਾ, ਹਰੀੜ ਦੀ ਫਸਲ ਦਿਖਾਣੀ ਵੀ ਆ ਤੁਹਾਨੂੰ, ਤੇ ਉਹਦੀ ਕਿੱਦਾਂ ਲਾਣੀ ਸਾਰੀ ਗੱਲਬਾਤ ਜਿਹੜੀ ਆ ਨਾ ਉਹ ਅਸੀਂ ਰਜ਼ੀ ਚੀਮਾ ਸਾਹਿਬ ਦੇ ਨਾਲ ਕਰਦੇ ਹਾਂ, ਕਿਉਂਕਿ ਰਜ਼ੀ ਚੀਮਾ ਸਾਹਿਬ ਪੁਰਾਣੇ ਕਾਸ਼ਤਕਾਰ ਆ ਹਰੀੜ ਦੇ। ਫਿਰ ਹਰੀੜ ਦੇ ਨਾਲ ਨਾਲ ਹੋਰ ਇੱਕ ਦੋ ਫਸਲ ਬੜੀ ਨਾਯਾਬ ਫਸਲ ਆ ਜਿਹੜੀ ਇਹਨਾਂ ਨੇ ਲਾਈ ਆ, ਜਿਹੜੀ ਬੰਦਿਆਂ ਤੱਕ ਪਹਿਲੀ ਵਾਰੀ ਪਹੁੰਚਣੀ। ਅਤੇ ਇਹ ਅਸੀਂ ਭਲਾ ਕਿਉਂ ਇੰਨਾ ਸਫ਼ਰ ਕੀਤਾ ਜਾਂ ਕਿਉਂ ਅਸੀਂ ਇੰਨਾ ਸਫ਼ਰ ਕਰਕੇ ਇੱਦਾਂ ਦੀ ਫਸਲ ਲੱਭਦੇ ਹਾਂ? ਸਿਰਫ ਇਸ ਕਰਕੇ ਕਿ ਜਿਹੜੀਆਂ ਫਸਲਾਂ ਰੁੱਲਦੀਆਂ ਨਾ ਸਾਡੀਆਂ ਜਾਂ ਰੋਲੀਆਂ ਜਾਂਦੀਆਂ ਇਸ ਗੱਲ ਤੋਂ ਬਚ ਜਾਈਏ ਵੀ ਹੁੰਦਾ ਕੀ ਆ ਜੇ ਕਿਸੇ ਨੇ ਉੱਥੇ ਸਾਡੇ ਨਾ ਜੀ ਉੱਥੇ ਬਹੁਤਾ ਇਹ ਆ ਵੀ ਜੇ ਤਾਂ ਕਿਸੇ ਨੇ ਤਿਲੀ ਲਾਈ ਨਾ ਤੇ ਦੇਖਾ ਦੇਖੀ ਸਾਰੇ ਨੇ ਤਿਲੀ ਲਾ ਦੇ, ਕਿਸੇ ਨੇ ਕਾਲੀ ਤੋਰੀ ਲਾਈ ਸਾਰਿਆਂ ਨੇ ਕਾਲੀ ਤੋਰੀ ਲਾ ਦੇਣੀ। ਅੱਛਾ, ਫਿਰ ਇਹ ਹੋਇਆ ਵੀ ਦੁਆਣੇ ਸਾਡੇ ਵੱਲ ਲੱਗਦੇ ਆ, ਦੇਖਾ ਦੇਖੀ ਦੁਆਣਿਆਂ ਲਾ ਲਏ ਤੇ ਮੁੜ ਕੇ ਛਿੱਤਰੋ ਛਿੱਤਰੀ ਦੁਆਣੇ ਵੀ ਹੋਏ ਤੇ ਆਪ ਵੀ ਹੋਏ। ਮੈਂ ਕਹਿੰਦਾ ਫਸਲਾਂ ਰਲਮੀਆਂ ਮਿਲਮੀਆਂ ਹੋਣ, ਉਹ ਰਲਮੀਆਂ ਮਿਲਮੀਆਂ ਤਾਂ ਹੀ ਹੋ ਸਕਦੀਆਂ ਵੀ ਫਸਲਾਂ ਦੀ ਕਿਸਮਾਂ ਸਾਡੇ ਕੋਲ ਹੋਣ, ਤੇ ਉਹ ਹੌਲੀ ਹੌਲੀ ਅਸੀਂ ਫਸਲਾਂ ਦੀਆਂ ਕਿਸਮਾਂ ਪਹੁੰਚਾ ਰਹੇ ਹਾਂ ਜੀ। ਤੁਸੀਂ ਦੇਖਿਆ ਹੋਣਾ ਅਸੀਂ ਅਗਲੇ ਦਿਨ ਕਾਪਾ ਡੋਕੀਆ ਦਿਖਾਇਆ, ਅਸੀਂ ਐਵਾਕਾਡੋ ਦਿਖਾਇਆ, ਉਹ ਵੀ ਇੱਕ ਫਸਲ ਆ, ਡਾਇਨਾਸਾਰ ਆ, ਡਰੈਗਨ ਫਰੂਟ ਆ। ਇੱਦਾਂ ਹੀ ਇੱਕ ਨਵੀਂ ਫਸਲ ਹਰੀੜ ਆ, ਹਰੀੜ ਵੀ ਇੱਕ ਫਸਲ ਆ ਤੇ ਬਹੁਤ ਮਹਿੰਗੀ ਫਸਲ ਆ ਯਾਰ, ਜਿਹੜੀ ਪੰਸਾਰ ਦੀ ਫਸਲ ਆ ਨਾ, ਹੈਂ, ਜਿਹੜੀ ਤੋਲਿਆਂ 'ਚ ਸ਼ੈ ਲੈਣੀ ਉਹ ਤਾਂ ਸੋਨਾ ਅਤੇ ਚਾਂਦੀ ਤੋਲਿਆਂ 'ਚ ਮਿਲਦੀ, ਇੱਦਾਂ ਹੀ ਹੈ ਵੀ ਕਹਿੰਦੇ ਸੋਨਾ ਹੀ ਆ। ਅਤੇ ਇਹ ਉਹ ਫਸਲ ਤੁਹਾਨੂੰ ਦਿਖਾਉਣ ਵਾਸਤੇ ਆਏ ਆ ਕਿ ਇੱਦਾਂ ਦੇ ਵਿੱਚੋਂ ਕੋਈ ਕੋਈ ਆਵਾਕਾਡੋ, ਹਾਂ ਕੋਈ ਆਵਾਕਾਡੋ ਲਾ ਲਓ, ਕੋਈ ਹਰੀੜ ਲਾ ਲਓ, ਵੀ ਬਾਕੀ ਜਿਹੜੀਆਂ ਫਸਲਾਂ ਜਿਹੜੀਆਂ ਛਿੱਤਰੋ ਛਿੱਤਰੀ ਹੋ ਰਹੇ ਆ ਵੀ ਉਸ ਤੋਂ ਬਚ ਜਾਈਏ ਕੁਛ। ਅਤੇ ਰਜ਼ੀ ਸਾਹਿਬ ਦਾ ਪੂਰਾ ਤਾਰਫ ਵੀ ਰਾਣਾ ਸਾਹਿਬ ਕਰਾਉਣਗੇ ਕਿਉਂਕਿ ਨਿੱਕੇ ਲਾ ਤੋਂ ਵਾਕਫ ਹੈ। ਅਤੇ ਬਾਕੀ ਗੱਲਬਾਤ ਵੀ ਜਿਹੜੀ ਸਾਰੀ ਹਰੀੜ ਦੀ ਆ ਨਾ ਉਹ ਅਸੀਂ ਅੱਜ ਹਰੀੜੀਆਂ ਦੀ ਤੜਾਈ ਵੀ ਹੋ ਰਹੀ ਆ, ਹਰੀੜੀਆਂ ਤੁਹਾਨੂੰ ਟੁੱਟਦੀਆਂ ਵੀ ਵਿਖਾਉਣੀਆਂ।
ਵੀ ਕਿੱਦਾਂ ਦੀਆਂ ਹੋਈਆਂ। ਜੀ ਅਸਲਾਮ ਵਾਲੇਕੁਮ। ਰਜ਼ੀ ਅਲ ਕਰੀਮ ਚੀਮਾ ਸਾਹਿਬ ਜਿਹੜੇ ਆ ਨਾ ਜੀ, ਮੇਰੇ ਕੋਈ 20-22 ਸਾਲ ਤੋਂ ਦੋਸਤ ਹਾਂ, ਅਤੇ ਸਾਡੀ ਦੋਸਤੀ ਜਿਹੜੀ ਹੈ ਨਾ, ਇਹ ਅਸਲ 'ਚ ਇਸ ਏਰੀਏ 'ਚ ਨਾ ਗਲੈਡੀਓਲਸ ਦੇ ਸਭ ਤੋਂ ਪਹਿਲੇ ਕਾਸ਼ਤਕਾਰ ਆ, ਅਤੇ ਅਸੀਂ ਬੀਜ ਵਗੈਰਾ ਜਿਹੜਾ ਨਾ ਇਹਨਾਂ ਕੋਲ ਸਭ ਤੋਂ ਪਹਿਲੇ ਜਿਹੜਾ ਵਾ ਨਾ ਲਿਆ ਸੀ। ਅਤੇ ਇਹਨਾਂ ਨੇ ਸੰਨ 2000 ਤੋਂ ਵੀ ਪਹਿਲੇ ਜਿਹੜਾ ਨਾ ਗਲੈਡੀਓਲਸ ਬੀਜ ਰਹੇ ਸੀ। ਉਹ ਕੀ ਹੁੰਦਾ? ਫੁੱਲਾਂ ਗਲੈਡ ਜਿਹੜੇ, ਹਾਂ ਫੁੱਲ ਬੀਜ। ਅਤੇ ਹੁਣ ਇਹਨਾਂ ਨੇ ਬਾਗ 'ਚ ਵੀ ਫਿਰ ਇਹਨਾਂ ਦਾ ਹੈ ਕਿ ਹਮੇਸ਼ਾ, ਬਲਕਿ 10 ਕੁ ਸਾਲ ਪਹਿਲੇ ਨਾ ਮੈਂ ਇਹਨਾਂ ਨੂੰ ਗੱਲ ਕੀਤੀ ਵੀ ਮੈਂ ਕਿਹਾ ਅਮਰੂਦ, ਉਹ ਕਹਿੰਦੇ ਨਹੀਂ ਜੀ ਤੁਸੀਂ ਨਾ ਹਰੀੜ ਅਤੇ ਆਮਲਾ ਲਾਓ। ਅਤੇ ਉਹ ਹੁਣ ਕਾਫੀ ਸਾਲਾਂ 'ਚ ਇੰਨੀ ਟਾਈਮ ਵਾਲੇ ਹਿਸਾਬ 'ਚ ਵੀ ਅੱਜ ਆਉਂਦੇ ਹਾਂ ਕੱਲ੍ਹ ਆਉਂਦੇ ਹਾਂ ਜਿਹੜਾ ਵਾ ਨਾ, ਅੱਜ ਫਿਰ ਸਾਡਾ ਪ੍ਰੋਗਰਾਮ ਬਣਿਆ ਕਿ ਨਾ ਹਰੀੜ ਅਤੇ ਤਾਂ ਮਾਲੂਮਾਤ ਜਿਹੜੀ ਨਾ ਰਜ਼ੀ ਅਲ ਕਰੀਮ ਚੀਮਾ ਸਾਹਿਬ ਕੋਲੋਂ ਲਈ ਜਾਏ। ਅਤੇ ਹਾਂਜੀ ਚੀਮਾ ਸਾਹਿਬ, ਇਹ ਦੱਸੋ ਕਿਤਨਾ ਕਿ ਜਿਹੜਾ ਨਾ ਹਰੀੜ ਦੇ ਪੌਦੇ ਲਾਏ ਆ, ਅਤੇ ਕਿਤਨੀ ਉਮਰ ਹੈ ਇਹਨਾਂ ਦੀ ਇਸ ਟਾਈਮ? ਜੀ ਅਸਲਾਮ ਵਾਲੇਕੁਮ ਰਹਿਮਤੁੱਲਾ। ਹਾਂਜੀ ਇਹ ਰਾਣਾ ਸਾਹਿਬ ਤਕਰੀਬਨ ਉੱਚਾ ਬੋਲੋ ਇਸ ਤਰ੍ਹਾਂ 13 ਸਾਲ ਹੋ ਗਏ ਨੇ ਜਿਹੜੇ ਪੌਦੇ ਲਾਏ ਨੇ। ਅਤੇ ਉਦੋਂ ਇੱਥੇ ਤਾਂ ਮਿਲਦੇ ਨਹੀਂ ਸਨ, ਅਵੇਲੇਬਿਲਟੀ ਨਹੀਂ ਸੀ, ਇੰਡੀਆ ਤੋਂ ਲਿਆ ਕੇ ਲਾਏ ਸਨ। ਉਦੋਂ ਕਿੰਨੇ ਦਾ ਪੌਦਾ ਮਿਲਿਆ ਸੀ? ਉਦੋਂ ਤਕਰੀਬਨ 300 ਰੁਪਏ ਦਾ ਸੀ, 350 ਜਾਂ 300 ਦਾ। 13 ਸਾਲ ਪਹਿਲੇ 300 ਪੌਦਾ ਲਿਆਇਆ ਸੀ ਗਮਲੇ 'ਚ। ਅਤੇ ਵਰਾਇਟੀ ਵੀ ਥੋੜ੍ਹੇ 'ਚ, ਮਤਲਬ ਇੱਕੋ ਵਰਾਇਟੀ ਨਹੀਂ, ਇਹਦੇ ਡਿਫਰੈਂਟ ਨਿਕਲੀਆਂ, ਕਿਉਂਕਿ ਉਦੋਂ ਤਾਂ ਪਤਾ ਹੀ ਨਹੀਂ ਸੀ ਕੀ ਦਾ। ਕੂੰਜ ਵੀ ਹੈ ਇਹਦੇ 'ਚ, ਦੇਸੀ ਵੀ ਹੈ, ਦੂਸਰੀ ਮੋਟੀ ਵੀ ਹੈ। ਅਤੇ ਲੇਕਿਨ ਇਹ ਵੇ ਕਿ ਇੱਕ ਹੈ ਤਾਂ ਥੋੜ੍ਹਾ ਸਲੋ ਗਰੋਇੰਗ, ਇਹ ਮਤਲਬ ਥੋੜ੍ਹਾ ਜਿਹਾ ਸਬਰ ਆਜ਼ਮਾ ਪੌਦਾ, ਲੇਕਿਨ ਇਹ ਕਿ ਜਦੋਂ ਇਹ ਹੋ ਜਾਂਦਾ ਤਾਂ ਫਿਰ ਅਲਹਮਦੁਲਿਲਾ ਇਹਦੇ 'ਚ ਕਾਫੀ ਜ਼ਿਆਦਾ ਆਮਦਨ। ਅੱਛਾ, ਇਹ ਫਲ ਕਿੰਨੇ ਕੁ ਸਾਲ ਬਾਅਦ ਦਿੰਦਾ ਵਾ? ਇਹ ਸਾਡੇ 'ਤੇ ਤਕਰੀਬਨ ਸ਼ੁਰੂ ਹੋਇਆ 8-9 ਸਾਲ। 8-9 ਸਾਲ? ਹਾਂਜੀ, ਉਦੋਂ ਵੀ ਤਕਰੀਬਨ 20 ਕਿਲੋ ਤੱਕ ਲੱਥ ਗਿਆ ਬੂਟਾ, ਜਾਂ ਥੋੜ੍ਹਾ ਕਿਲੋਆਂ ਦੇ ਹਿਸਾਬ ਨਾਲ। ਅਤੇ ਜਿਵੇਂ ਜਿਵੇਂ ਵੱਧਦਾ ਗਿਆ ਉਸ ਵੇਲੇ ਮਣਾਂ 'ਚ ਹੁਣ ਇਸ ਦਾ ਤੁਹਾਡੇ ਕੋਲ ਜਿਹੜੇ ਸਾਰਿਆਂ ਤੋਂ ਜ਼ਿਆਦਾ ਜਿਹੜੇ ਪੌਦਿਆਂ ਦਾ ਫਲ ਆ, ਕਿੰਨਾ ਕੁ ਉਹਨਾਂ ਦਾ ਉਤਰਿਆ ਵਾ? ਤਕਰੀਬਨ 5 ਮਣ ਤੱਕ ਵੀ ਆ ਜਾਂਦਾ। 5 ਮਣ ਤੱਕ? ਹਾਂਜੀ। ਔਰ ਮਰਦੇ ਪੌਦੇ ਹੋ ਗਏ 13 ਸਾਲ? ਹਾਂਜੀ। ਅੱਛਾ, 1 ਮਣ ਦਾ ਕਿੰਨੀ ਕੀਮਤ? ਇਹ ਵੇਰੀ ਕਰਦਾ, ਜਦੋਂ ਤੱਕ ਤਾਂ ਇੰਡੀਆ ਤੋਂ ਆਉਂਦੀ ਸੀ ਉਦੋਂ ਤਾਂ ਅਸੀਂ 3-4 ਹਜ਼ਾਰ ਰੁਪਏ ਮਣ ਸੀ। ਠੀਕ ਹੈ। ਅਤੇ ਜਦੋਂ ਦੀ ਇੰਡੀਆ ਦੀ ਬੰਦ ਹੋ ਗਈ ਹੈ ਤਾਂ ਆਪਣੇ ਤਾਂ ਇੱਥੇ ਹੁਣ ਹੈ ਹੀ ਕੋਈ ਨਹੀਂ, ਮਤਲਬ ਕਿਤੇ ਚੀਜ਼ਾਂ ਜਿਹਦੇ ਮੇਰਾ 150-200 ਪੌਦਾ ਮੇਰੇ ਕੋਲ ਹੈ, ਕੋਈ ਕਸੂਰ ਹੈ, ਕੋਈ ਲਾਹੌਰ ਹੈ, ਇਸ ਤਰ੍ਹਾਂ ਦੇ ਬਾਗ ਦੋ ਤਿੰਨ ਹੈ ਨੇ, ਹੋਰ ਤਾਂ ਹੈ ਨਹੀਂ। ਅਤੇ ਪਿਛਲੇ ਸਾਲ ਇਹ ਵਿਕੀ ਜੇ 10 ਹਜ਼ਾਰ ਰੁਪਏ ਮਣ। ਅੱਛਾ। ਅਤੇ ਇਸ ਸਾਲ ਹੁਣ ਜਿਹੜਾ ਨਾ ਇਸ ਟਾਈਮ ਰੇਟ 15 ਹਜ਼ਾਰ ਹੋ ਗਿਆ, 15-16 ਹਜ਼ਾਰ। ਅੱਗੇ ਮਜ਼ੀਦ ਵੱਧ ਵੀ ਸਕਦਾ ਅਗਰ ਨਾ ਇੰਡੀਆ ਤੋਂ, ਯਾਨੀ ਕਿ ਅਗਰ ਇਹ ਫੁੱਲ ਪੈਦਾਵਾਰ ਦੇਵੇ ਅਤੇ ਰੇਟ ਵੀ ਹੁਣ 15 ਹਜ਼ਾਰ ਦਾ ਲੱਗੇ, ਅਤੇ ਇੱਕ ਪੌਦਾ 75 ਹਜ਼ਾਰ ਦਾ ਫਲ ਜਿਹੜਾ ਵਾ ਨਾ ਦੇ ਸਕਦਾ, ਕਿਤਾਬੀ ਤੌਰ ਤੇ ਕਹਿ ਸਕਦੇ ਹਾਂ, ਬਾਕੀ ਪ੍ਰੈਕਟੀਕਲੀ ਅੱਲਾ ਦੇ ਕੰਮ ਨੇ, ਉਹ ਦੇ ਸਕਦਾ ਸਕਦਾ ਹਾਂਜੀ ਬਿਲਕੁਲ ਲਫ਼ਜ਼ ਦੇ। ਹਾਂਜੀ, ਇਹ 15 ਹਜ਼ਾਰ ਦਾ 7 ਹਜ਼ਾਰ ਵੀ ਰਹਿ ਸਕਦਾ, 20 ਹਜ਼ਾਰ ਵੀ ਹੋ ਸਕਦਾ। ਹਾਂ ਬਿਲਕੁਲ ਵੀ ਹੋ ਸਕਦਾ ਜੀ, ਨਾ ਹੀ ਲੱਗ, ਮੌਸਮ ਵੀ ਅਸਰਾਤ ਹੁੰਦੇ ਆ, ਜ਼ਿਮੀਂਦਾਰਾਂ ਦਾ ਸਾਰਾ ਤਵੱਕਲ ਤੇ ਹੈ ਨਾ। ਲੇਕਿਨ ਇਹਦੀ ਇਹ ਖਾਸੀਅਤ ਹੈ ਕਿ ਇਹਨੂੰ ਕੋਈ ਖਾਸ ਇਹਦੀ ਮਿਹਨਤ ਕਰਨ ਦੀ ਲੋੜ ਕੋਈ ਨਹੀਂ। ਠੀਕ ਹੈ। ਇਹ ਬਗੈਰ ਖਾਦੋਂ, ਬਗੈਰ ਸਪਰੇਓ ਖਰਚਾ ਖਰਚਾ ਹੈ ਹੀ ਕੋਈ ਨਹੀਂ, ਬਸ ਤੁਸੀਂ ਇੱਕ ਵਾਰੀ ਇਹਨੂੰ 2-3 ਸਾਲ ਇਹਦੀ ਨਾ ਥੋੜ੍ਹੀ ਇਹਦੀ ਸਾਂਭ ਕਰ ਲਓ, ਅਤੇ ਜਦੋਂ ਥੋੜ੍ਹਾ ਆਪਣੇ ਪੈਰਾਂ 'ਤੇ ਹੋ ਜਾਂਦਾ ਤਾਂ ਫਿਰ ਕੋਈ ਖਰਚਾ ਨਹੀਂ, ਬਸ ਸਾਲ ਦੇ ਤੁਸੀਂ ਆਪਣਾ ਜਦੋਂ ਫਸਲ ਹੋਣੀ ਉਦੋਂ ਤੋੜ ਕੇ ਦੇ ਦਿਓ। ਅੱਛਾ, ਇਹ ਤੁਸੀਂ ਕਿਤਨੇ ਕਿਤਨੇ ਫਾਸਲੇ 'ਤੇ ਜਿਹੜਾ ਵਨ ਲਗਾਈਏ, ਰਿਕਮੈਂਡਡ ਵੀ ਨਾਲੇ ਦੱਸ ਦੇਣਾ। ਰਿਕਮੈਂਡਡ ਤਾਂ ਤਕਰੀਬਨ 40x40 'ਤੇ, 40x40 'ਤੇ, ਕਿਉਂਕਿ ਵੱਡਾ ਪੌਦਾ ਹੋ ਜਾਂਦਾ ਔਰ ਇਹਦੀ ਉਮਰ ਵੀ ਬੜੀ ਹੈ, ਮਤਲਬ ਇੰਡੀਆ 'ਚ ਤਾਂ ਖੈਰ ਬਹੁਤ ਇਹਨੂੰ ਪੂਜਣ ਦੀ ਹੱਕ ਤੱਕ ਜਾਂਦੇ ਨੇ ਬੂਟੇ ਨੂੰ, ਅਤੇ ਇਹਦੇ ਫਾਇਦੇ ਇੰਨੇ ਨੇ ਹਰੀੜ ਦੇ, ਅਤੇ ਉੱਥੇ ਮਹਿੰਗੀ ਵੀ ਹੈ। ਕੋਈ 2-4 ਫਾਇਦੇ ਜਿਹੜਾ ਹਰੀੜ ਦੇ ਸਾਨੂੰ? ਤਾਂ ਹਰੀੜ ਦਾ ਜੀ ਇੱਕ ਇਹ ਫਾਇਦਾ ਜਿਹੜਾ ਮੈਂ ਆਪ ਵੀ ਅਜ਼ਮਾਇਆ, ਇੱਕ ਤਾਂ
ਪੜ੍ਹੀ ਪੜ੍ਹਾਈ ਗੱਲ ਹੁੰਦੀ ਨਾ, ਇੱਕ ਹੁੰਦੀ ਪ੍ਰੈਕਟੀਕਲ। ਹਾਂਜੀ ਪ੍ਰੈਕਟੀਕਲ ਇਹ ਕਿ ਮੇਰੇ ਕੋਲ ਇੱਕ ਵਾਰੀ ਵਪਾਰੀ ਆਇਆ ਇੱਥੇ ਅਤੇ ਉਹ ਹਰੀੜ ਨੂੰ ਇੰਝ ਅਸੀਂ ਫਿਰ ਫੇਰਾ ਮਾਰਨ ਦੇ ਬਾਗ, ਉਹਨੇ ਨਾ ਇੱਕ ਹਰੀੜ ਤੋੜੀ ਕੱਚੀ, ਤੋੜ ਕੇ ਅਤੇ ਉਹ ਖਾਣ ਲੱਗ ਪਿਆ। ਮੈਂ ਆਖਿਆ ਯਾਰ ਤੇਰਾ ਦਿਮਾਗ ਠੀਕ ਹੈ, ਤੂੰ ਇੰਨੀ ਮਤਲਬ ਕੌੜੀ ਔਰ ਇੰਨੀ ਖੁਸ਼ਕ ਜਿਹੜੀ ਇਹਨੂੰ ਤੂੰ ਖਾ ਗਿਆ। ਉਹ ਕਹਿੰਦਾ ਜੀਮਾ ਸਾਹਿਬ ਇੱਕ ਖਾ ਲਈਏ ਨਾ, ਮੈਂ ਇਹਦੀ ਤਸੀਰ ਇੱਕ ਕਿਲੋ ਮੁਰੱਬਾ ਖਾ ਲਓ ਨਾ, ਉਹਦੇ ਬਰਾਬਰ ਇੱਕ ਕੱਚੀ ਸਰੀਰ ਦੀ ਤਸੀਰ। ਉਹ ਮੈਂ ਆਖਿਆ ਜੀ ਕੀ ਤਸੀਰ ਇਹਦੇ ਕੀ? ਉਹ ਕਹਿੰਦੇ ਜੀ ਇਹਦੇ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਫਿਰ ਤੁਹਾਨੂੰ ਦੱਸੇਗਾ। ਅੱਛਾ ਫਿਰ ਉਹ ਮੈਂ ਉਹਦੇ ਕਹਿਣ 'ਤੇ ਉਹ ਮੈਂ ਸ਼ੁਰੂ ਕੀਤੀ ਖਾਣੀ, ਤਾਂ ਬਹੁ� ਔਖੀ। ਉਹਦੇ 'ਚ ਇਹ ਕੀਤਾ ਕਿ ਉਹ ਜਦੋਂ ਅੱਧੀ ਮੂੰਹ 'ਚ ਪਾ ਕੇ ਚਬਾਈ, ਕੌੜੀ ਬੜੀ ਹੁੰਦੀ, ਖੁਸ਼ਕ ਮੂੰਹ ਹੋ ਜਾਂਦਾ, ਨਾਲ ਗਲਾਸ ਪਾਣੀ ਦਾ ਰੱਖੀਦਾ, ਉਹ ਪਾਣੀ ਦਾ ਘੁੱਟ ਲਿਆ ਅਤੇ ਉਹ ਅੰਦਰ ਨੰਘਾ ਲਈ, ਅਤੇ ਪਾਣੀ ਇੰਝ ਲੱਗਦਾ ਸਾਦਾ ਪਾਣੀ, ਇੰਝ ਲੱਗਦਾ ਮੈਂ ਸ਼ਹਿਦ ਪਾਇਆ ਹੁੰਦਾ। ਅੱਛਾ ਉਹ ਇੰਨੀ ਕੌੜੀ ਹੁੰਦੀ ਰੀੜ ਅਤੇ ਉਹ ਖੈਰ ਹੌਲੀ ਹੌਲੀ ਡਿਵੈਲਪ ਹੋ ਗਈ, ਮੈਂ ਬੱਚਿਆਂ ਨੂੰ ਵੀ ਡਿਵੈਲਪ ਕਰਤੀ ਆਦਤ, ਘਰ ਵੀ ਬੱਚੇ ਵੀ ਖਾ ਲੈਂਦੇ ਨੇ ਹੁਣ। ਉਹਦਾ ਇਹ ਰਾਣਾ ਸਾਹਿਬ ਕਿ ਸਵੇਰੇ ਅਲਹਮਦੁਲਿਲਾ ਮੈਂ 8-10 ਕਿਲੋਮੀਟਰ ਮੇਰੀ ਵਾਕ ਹੁੰਦੀ ਹੈ, ਐਕਸਰਸਾਈਜ਼ ਵਗੈਰਾ ਹੁੰਦੀ ਹੈ, ਸਾਰਾ ਦਿਨ ਇੱਥੇ ਆ ਕੇ ਫਿਰ ਟੁਰ ਜਾਣ, ਸ਼ਾਮ ਤੱਕ ਰਾਤ ਸੌਣ ਤੱਕ ਥਕਾਵਟ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਅੱਛਾ ਹੁਣ ਨਾ ਰਜ਼ੀ ਸਾਹਿਬ ਜ਼ਰਾ, ਕਿਉਂਕਿ ਮੈਨੂੰ ਤਾਂ ਪਤਾ ਵਾ ਲੋਕਾਂ ਨੂੰ, ਯਾਨੀ ਕਿ ਹੁਣ ਤੁਹਾਡੀ ਇਸ ਟਾਈਮ ਮਾਸ਼ਾਅੱਲਾ ਕਿੰਨੀ ਏਜ ਆ? ਮੇਰੀ 57 ਸਾਲ। ਲਓ ਜੀ 57 ਸਾਲ ਦੀ ਉਮਰ 'ਚ ਜਿਹੜਾ ਵਾ ਨਾ ਰਜ਼ੀ ਸਾਹਿਬ 8-10 ਕਿਲੋਮੀਟਰ ਅਲਹਮਦੁਲਿਲਾ, ਔਰ ਇੰਨੀ ਤੇਜ਼ ਚੱਲਣਾ ਕਿ ਕੋਈ ਦੌੜ ਕੇ ਨਾਲ ਰਲ ਸਕਦਾ, ਨਾਲ ਚੱਲ ਨਹੀਂ ਸਕਦਾ ਇਨਸ਼ਾਅੱਲਾ, ਇਹ ਵੀ ਰਿਕਾਰਡ। ਅਤੇ ਇਹ ਹਰੀੜ ਦੇ ਨਾਲ ਇੱਕ ਤਾਂ ਮਤਲਬ ਇਹ, ਦੂਸਰਾ ਜੇ ਤੁਸੀਂ ਕੱਚੀ ਰੀੜ ਖਾ ਲੈਣੀ ਗਲਾਸ ਪਾਣੀ ਨਾਲ, ਠੀਕ ਘੰਟੇ ਡੇਢ ਵਾਰ ਤੁਹਾਡਾ ਪੇਟ ਸਾਫ਼ ਹੋ ਜਾਣਾ, ਮੇਦੇ ਦੀ ਕੋਈ ਬਿਮਾਰੀ ਨਹੀਂ ਇਹਦੇ ਨਾਲ। ਜਿਹੜਾ ਤੁਹਾਡਾ ਵਾਲ ਚਿੱਟਾ ਹੋ ਗਿਆ ਉਹ ਤਾਂ ਹੋ ਗਿਆ, ਜਿਹੜਾ ਨਵਾਂ ਚਿੱਟਾ ਵੀ ਨਹੀਂ ਹੋਣਾ। ਲਓ ਜੀ ਅੱਖਾਂ ਦੀ ਬਿਨਾਈ ਵਾਸਤੇ, ਬਿਨਾਈ ਵਾਸਤੇ ਜਿੱਥੋਂ ਤੱਕ ਤੁਹਾਡੀ ਹੈ ਇੱਥੇ ਹੀ ਕਾਇਮ ਰਹੇਗੀ, ਮਤਲਬ ਇਹਨੂੰ ਬਿਹਤਰ ਤਾਂ ਨਹੀਂ ਹੋ ਸਕਦੀ, ਲੇਕਿਨ ਅੱਗੇ ਡਿਕੇ ਨਹੀਂ ਹੋਏਗੀ। ਇਹ ਮਤਲਬ ਅਗਰ ਸ਼ੁਰੂ 'ਚ ਬੱਚੇ ਖਾ ਲੈਂਦੇ ਨੇ ਤਾਂ ਮਾਸ਼ਾਅੱਲਾ ਬਿਹਤਰੀਨ ਨਜ਼ਰ 'ਚ ਰਹੇਗੀ। ਮਤਲਬ ਇਹ ਜਿਹੜੇ ਆਪਣੇ ਮੈਂ ਖੁਦ ਅਸੀਂ ਇਹੀ ਕਿ ਅਸੀਂ ਕਿਹਾ ਵੀ ਉਹ ਹਕੀਮਾਂ ਵਾਲੇ ਫਾਇਦੇ ਨਾ ਬਿਆਨ ਕਰੀਏ, ਨਾ ਅਸੀਂ ਕਿਤਾਬਾਂ ਵਾਲੇ, ਮੇਨ ਅਸੀਂ ਉਹ ਜਿਹੜੇ ਕਿ ਇੱਕ ਬੰਦੇ ਨੇ ਲਗਾਇਆ ਹੋਇਆ ਬਾਗ ਦੇ, ਮੇਨ ਮੈਡੀਸੀਨਲ ਜਿਹੜੀ ਨਾ ਇਹ ਮੇਦੇ ਦੀ। ਅੱਛਾ ਮੇਦੇ ਦੀ। ਹਾਂਜੀ ਮੇਦੇ ਦੀ ਬੜੀ ਕਰੋਨਿਕ, ਬੜੀ ਪੁਰਾਣੀ ਕਬਜ਼ ਵੀ ਹੋਵੇ ਨਾ ਉਹ ਵੀ ਇਹਦੇ ਨਾਲ ਰਹਿੰਦੀ। ਅੱਛਾ ਅਤੇ ਇਹਦੀ ਮਾਰਕੀਟ ਫਿਰ ਕਈ ਵਾਰੀ ਬੰਦੇ ਫਿਰ ਪੁੱਛਦੇ ਨੇ ਯਾਰ ਲਾ ਲਾਂਗੇ ਅਤੇ ਇਹਨੂੰ ਵੇਚਾਂਗੇ ਕਿੱਥੇ? ਇਹਦੇ ਜੀ ਮੈਂ ਤੁਹਾਨੂੰ ਦੱਸਣਾ ਕਿ ਬੰਦੇ ਮਗਰ ਮਗਰ ਹੁੰਦੇ ਨੇ, 20-22 ਪਾਰਟੀਆਂ ਨੇ ਜਿਹੜੀਆਂ ਅਜੇ ਇਹਨੂੰ ਬੂਰ ਲੱਗਦਾ ਅਤੇ ਟੈਲੀਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ। ਅੱਛਾ ਮਤਲਬ ਇਹਦੇ ਵੇਚਣ ਦਾ ਕਤਨ ਕੋਈ ਪ੍ਰੋਬਲਮ ਨਹੀਂ, ਕਤਨ ਤੁਹਾਡੇ ਮਗਰ ਮਗਰ ਤੁਹਾਡੇ ਆਪਣਾ ਨਾ ਆਪਣਾ ਮਗਰ ਹੋ ਜਾਂਗੇ ਸਮਝੋ ਜਿਵੇਂ ਵੀ ਹੈ। ਅਸੀਂ ਤਾਂ ਹੁਣ ਇਹ ਕੀਤਾ ਕਿ ਹਰ ਸਾਲ ਨਾ ਇੱਥੇ ਬੋਲੀ ਕਰਾਈ ਦੀ, ਬੰਦਿਆਂ ਨੂੰ ਬੁਲਾ ਲਈਦਾ, ਦੇਗ ਚੌਲਾਂ ਦੀ ਪਕਾ ਕੇ ਉਹਨਾਂ ਨੂੰ ਖਾਣਾ ਖਵਾਈਦਾ, ਨਾਲੇ ਬੋਲੀ ਹੋ ਜਾਂਦੀ। ਜਿਹੜਾ ਵੱਧ ਜਾਏ ਮਤਲਬ 12,000 ਰੇਟ ਲੱਗ ਗਿਆ, 14,000 ਆ ਗਿਆ, ਉਹਨਾਂ ਨੂੰ ਤੋੜ ਕੇ ਅਸੀਂ ਉਸ ਹਿਸਾਬ ਨਾਲ ਦੇ ਦਈਦੇ ਹਾਂ। ਠੀਕ। ਤੇ ਮਤਲਬ ਇਹਦੀ ਮਾਰਕੀਟਿੰਗ ਦਾ ਕੋਈ ਪ੍ਰੋਬਲਮ ਨਹੀਂ? ਆ ਜਿਹੜਾ ਦਰਖਤ ਅਸੀਂ ਤਾਂ ਹੁਣ ਇਸ ਟਾਈਮ ਤਾਂ ਜਾਮਣ ਦੇ ਨੀਚੇ ਇਕੱਠੇ ਆ, ਤੇ ਇਹ ਜ਼ਰਾ ਕਿ ਨਾ ਦਿਖਾਣਾ ਪਿਛਲੇ ਪਾਸੇ ਨਾ ਇਸ ਤਰ੍ਹਾਂ ਨੰਬਰਦਾਰ ਸਾਹਿਬ, ਹਾਂ ਸਾਰਾ ਬਾਗ ਜਿਹੜਾ ਵਾ ਨਾ ਇਹ ਜ਼ਰਾ ਦਿਖਾਓ, ਫਿਰ ਹਰੀੜ ਦੇ ਬਾਅਦ ਦਿਖਾਉਂਦੇ ਹਾਂ ਫਲ ਵੀ, ਲੇਕਿਨ ਇਹਨਾਂ ਦਿਖਾਓ ਇੱਕ ਵਾਰੀ ਜ਼ਰਾ। ਹਾਂ ਇਹ ਦੇਖੋ ਜੀ ਐਡਾ ਐਡਾ ਵੱਡਾ ਪੌਦਾ ਜਿਹੜਾ ਵਾ ਨਾ ਹਰੀੜ ਦਾ, ਇਹ 13 ਸਾਲ ਦਾ। ਹਾਂ 13 ਸਾਲ ਇਹਦੀ ਉਮਰ, 150-200 ਸਾਲ ਹੈ। ਤੇ ਆਹ ਤੁਸੀਂ ਜਿਹੜੇ ਬਹੁਤ ਵੱਡੇ ਵੱਡੇ ਪੱਤਿਆਂ ਵਾਲੇ ਦਰਖਤ ਦੇਖ ਰਹੇ ਹਾਂ ਨਾ, ਇਹ ਹੈ ਜੀ ਸਾਗਵਾਨ, ਅਤੇ ਇਹ ਹਾਈਬ੍ਰਿਡ ਸਾਗਵਾਨ ਆ। ਇਹਦੇ 'ਤੇ ਗੱਲ ਅਸੀਂ ਰਜ਼ੀ ਸਾਹਿਬ ਨਾਲ ਬਾਅਦ ਡਿਟੇਲ ਨਾਲ ਕਰਾਂਗੇ, ਕਿਉਂਕਿ ਕਈ ਬੰਦਿਆਂ ਨੇ ਫੋਟੋ ਦੇਖਦੇ ਦੇਖਦੇ ਫਟਾਫਟ ਜ਼ਹਿਨ 'ਚ ਆਉਂਦਾ ਵੀ ਇਹ ਕੀ ਸ਼ੈਅ ਆ, ਵੀ ਇਹ ਵੀ ਕਿਤੇ ਨਜ਼ਰ ਆਮ ਨਹੀਂ ਆਉਂਦੀ ਹੈ। ਹਾਂਜੀ ਨਹੀਂ ਨਹੀਂ ਇਹ ਬੜੀ ਅੱਛੀ ਫਸਲ ਹੈ। ਅੱਛਾ ਜੀ ਇਹਦਾ ਯਾਨੀ ਕਿ ਵੇਚਣ ਵਾਲਾ ਵੀ ਕੋਈ ਰੌਲਾ ਨਹੀਂ ਹੈ? ਹਰੀੜ ਦੇ ਕਤਨ ਕੋਈ ਰੌਲਾ ਨਹੀਂ, ਤੁਹਾਡੇ ਪਿੱਛੇ ਬੰਦੇ ਹੋਣੇ ਲੈਣ ਵਾਲੇ, ਔਰ ਇੱਥੋਂ ਹੀ ਲੈ ਕੇ ਜਾਣੇ ਨੇ, ਇਹ ਵੀ ਨਹੀਂ ਕਿਤੇ ਪਹੁੰਚਾਣੀ। ਅੱਛਾ ਇਹਦਾ ਫਿਰ ਇੱਕ ਚੀਜ਼ ਆ ਕਿ ਇਹਦੇ ਪੌਦੇ ਹੋਣ ਅਗਰ ਕੋਈ ਜ਼ਿਮੀਦਾਰ ਚਾਹੇ ਉਹਨੂੰ ਕਿੱਥੋਂ ਮਿਲ ਸਕਦੇ ਆ?
ਇਹ ਤਾਂ ਹੁਣ ਜ਼ਿਆਦਾ ਸੋਰਸ ਬਿਹਤਰ ਤਾਂ ਕਿ ਪੱਤੋਕੀ ਵਾਲੇ ਮੇਰੇ ਕੋਲ ਰੀੜਾਂ ਲੈ ਕੇ ਜਾਂਦੇ ਨੇ, ਨਰਸਰੀ ਵਾਲੇ ਆਏ ਨੇ ਇੱਕ ਦੋ ਵਾਕਫ ਨੇ, ਉਹ ਸਰਦੀਆਂ ਦੇ ਜਿਹੜੀ ਫਲ ਹੁੰਦੇ ਨੇ ਦੋ ਤਕਰੀਬਨ ਲੱਗਦੇ ਨੇ, ਮੇਨ ਤਾਂ ਹੁਣ ਲੱਗਾ ਨਾ, ਇੱਕ ਸਰਦੀਆਂ 'ਚ ਲੱਗੇ ਉਹ ਥੋੜ੍ਹਾ ਲੱਗੇ ਲੇਕਿਨ ਮੋਟਾ ਹੁੰਦਾ, ਉਹ ਸਰਦੀਆਂ ਵਾਲਾ ਲੈ ਜਾਂਦੇ ਨੇ ਦਸੰਬਰ ਜਨਵਰੀ 'ਚ, ਅਤੇ ਉੱਤੋਂ ਉਹਨੂੰ ਲਾਹ ਕੇ ਉਹਦੇ ਛਿਲਕਾ ਅਤੇ ਉਹ ਹਕੀਮਾਂ ਨੂੰ ਵੇਚ ਦਿੰਦੇ ਨੇ ਅਤੇ ਗਿਟਕ ਲਾ ਦਿੰਦੇ ਨੇ। ਯਾਨੀ ਕਿ ਇਹ ਹਾਈਬ੍ਰਿਡ ਨਹੀਂ ਹੈ, ਦੇਸੀ ਨਹੀਂ? ਨਹੀਂ ਹੈ ਤਾਂ ਦੇਸੀ ਇੱਕ ਕਿਸਮ ਇਹਦੀ, ਲੇਕਿਨ ਇਹ ਕਿ ਜਿਹੜੀ ਤੁਸੀਂ ਲਾਓਗੇ ਨਾ ਉਹ ਉਹੀ ਵਰਾਇਟੀ ਹੋਏਗੀ, ਉਹੀ ਉੱਗੇਗੀ, ਯਾਨੀ ਕਿ ਉਹਦੇ 'ਚ ਕੋਈ ਰੌਲਾ ਨਹੀਂ ਕਰਮ। ਯਾਨੀ ਕਿ ਇਹਦਾ ਪ੍ਰੋਪੋਗੇਸ਼ਨ ਦਾ ਇਹ ਹੈ ਕਿ ਅਗਰ ਤੁਹਾਡੇ ਕੋਲ ਹਰੀੜਾ ਹੈ ਆ, ਹਾਂਜੀ, ਉੱਥੇ ਤੁਸੀਂ ਉਹਨਾਂ ਨੂੰ ਉਗਾ ਸਕਦੇ। ਹਾਂਜੀ, ਉਹਦੇ ਥੋੜ੍ਹਾ ਡਿਫਰੈਂਟ, ਇਹ ਜ਼ਰਾ ਸਖਤ ਬਹੁਤ ਹੁੰਦੀ ਹੈ ਵਿਕਟ, ਇਸ ਤੋਂ ਇਹਦੀ ਜਰਮੀਨੇਸ਼ਨ ਕਾਫੀ ਘੱਟ, 2-4 ਮਹੀਨੇ 'ਚ ਉੱਗਦੀ ਹੋਣੀ? ਨਹੀਂ ਨਹੀਂ, ਉੱਗਣ ਤੋਂ ਘੱਟ ਹੁੰਦੀ ਜਰਮੀਨੇਸ਼ਨ, ਜੇ ਤੁਸੀਂ 1000 ਲਾਈਏ ਨਾ ਤਾਂ ਉਹਦੇ 'ਚ 200-300 ਹੀ ਹੋਣੀ, ਇਸ ਵਜ੍ਹਾ ਨਾਲ ਮਹਿੰਗਾ ਵੀ ਪੌਦਾ। ਜਿਸ ਤਰ੍ਹਾਂ ਕੰਘੀ ਪਾਮ ਵਗੈਰਾ ਇਹ ਉਹਨਾਂ ਦੇ ਹਾਰਡ ਬੀਜ ਹੁੰਦੇ ਆ, ਮਹਿੰਗਾ ਪੌਦਾ ਦਿੰਦੇ ਨੇ, ਪੱਤੋ ਕਿਹੜਾ ਲੈ ਜਾਂਦੇ ਉਹਨਾਂ ਨੇ ਤਿਆਰ ਕੀਤੀ ਹੈ, 1000 ਰੁਪਏ ਤੱਕ ਵੀ ਦਿੰਦੇ ਨੇ, 700-800 ਜਿਵੇਂ ਜਿਵੇਂ ਦੇ ਪੌਦੇ ਦੇ ਹਿਸਾਬ ਨਾਲ। ਠੀਕ, ਅਤੇ ਲੇਕਿਨ ਫਿਰ ਵੀ ਮੈਂ ਸਮਝਦਾ ਕਿ ਜਿਹਦੀ ਇਹਦੀ ਪੈਦਾਵਾਰ ਹੈ, ਅਗਰ ਤੁਸੀਂ ਇਹਨੂੰ ਬਸ ਤੁਹਾਡੀ ਕਮੇਟੀ ਹੈ ਤੇ। ਅੱਛਾ, ਇਹਦੀ ਫਰੂਟ ਫਲਾਈ ਵਗੈਰਾ ਦੀ ਸਪਰੇਅ ਕਰਨੀ ਪੈਂਦੀ ਹੈ? ਕਿਸੇ ਕਿਸਮ ਦੀ ਕੋਈ? ਅੱਛਾ, ਫਰੂਟ ਫਲਾਈ ਦੀ ਵੀ ਸਪਰੇਅ ਕੋਈ ਨਹੀਂ? ਉਹ ਇੰਨੀ ਕੌੜੀ ਹੈ, ਇੰਨੀ ਸਖਤ ਹੈ, ਉਹ ਉੱਥੇ ਫਰੂਟ ਫਲਾਈ ਨੇੜੇ ਵੀ ਨਹੀਂ ਜਾਂਦੇ, ਉੱਥੇ ਨਾ ਕੋਈ ਤੁਹਾਨੂੰ ਬੰਦੇ ਦਾ ਡਰ, ਨਾ ਚੋਰੀ ਦਾ, ਹਾਂਜੀ, ਨਾ ਕਿਸੇ ਡੰਗਰ ਦਾ ਡਰ ਅਤੇ ਨਾ ਕਿਸੇ ਮੱਖੀ ਕੀੜੇ ਦਾ ਡਰ, ਇਹ ਬੜਾ ਆਹਲਾ ਪੌਦਾ ਹੈ। ਲਓ ਜੀ, ਇਹ ਸਾਰਿਆਂ ਤੋਂ ਜਿਹੜੀ ਹੈ ਨਾ, ਸਾਰਿਆਂ ਤੋਂ ਵੱਡੀ ਖੂਬੀ ਵਾਲੀ ਗੱਲ ਜਿਹੜੀ ਹੈ ਨਾ ਇਹਦੀ, ਇਹ ਹੈ ਕਿ ਇਹਨੂੰ ਨਾ ਕੋਈ ਕੀੜੇ ਮਕੌੜੇ ਦਾ ਕੋਈ ਰੌਲਾ ਨਹੀਂ ਹੈ। ਕਹਿੰਦੇ ਆ ਨਾ ਸਿਆਣੇ ਵੀ, ਇੱਕ ਕਰੇਲਾ ਉੱਤੋਂ ਨਿੰਬ ਤੇ ਚੜ੍ਹਿਆ, ਤੇ ਇੱਕ ਤਾਂ ਯਾਨੀ ਕਿ ਇਹ ਹੈ, ਅਤੇ ਦੂਸਰਾ ਫਿਰ ਇਹਦਾ ਕੋਈ ਚੋਰੀ ਵਾਲਾ ਕੋਈ ਰੌਲਾ ਨਹੀਂ ਹੈ, ਜਦੋਂ ਪੱਕੇਗੀ ਅਤੇ ਉਦੋਂ ਹੀ ਲੜਾਈ ਹੋਏਗੀ। ਇਹ ਨਹੀਂ ਹੈ ਕਿ ਵੀ ਕਿੰਨੂਆਂ ਤਰ੍ਹਾਂ ਜਾਂ ਆਮਾਂ ਤਰ੍ਹਾਂ ਜਿਹੜਾ ਵਾ ਨਾ ਕਿਸੇ ਨੇ ਖੋ ਕੇ ਖਾਣੀ, ਹਾਂ ਉਹ ਤੋਂ ਗਿਰ। ਅਤੇ ਆਪਾਂ ਜੀ ਹੁਣ ਕੋਈ ਬੂਟਾ ਵਿਖਾਈਏ ਵੀ, ਹਰੀੜ ਦਾ ਫਲ ਲੱਗਿਆ, ਫਲ ਲੱਗਿਆ ਹੈ, ਤਕਰੀਬਨ ਕਾਫੀ ਜ਼ਿਆਦਾ ਟੁੱਟ ਗਿਆ, ਲੇਕਿਨ ਕੁਝ ਨਾ ਕੋਈ ਹੈ ਉਹ ਤੇ ਵਹਾਂ। ਹਾਂ ਚਲੋ ਜੀ, ਉਹ ਇੱਕ ਅੱਧਾ ਬੂਟਾ ਜਿਹੜਾ ਦੇਖਦੇ ਹਾਂ, ਤੇ ਬਾਕੀ ਫਿਰ ਦੂਸਰੀ ਫਸਲਾਂ ਤੇ ਵੀ ਨਾ ਇਸ ਤਰ੍ਹਾਂ ਜੋ ਵੀ ਬਣਾ ਲੈਣੇ ਕਰਦੇ ਹਾਂ। ਠੀਕ, ਸਾਡਾ ਗੈਸਟ੍ਰੋਲੋਜਿਸਟ ਡਾਕਟਰ ਖਾਬਰ, ਉਹ ਵੀ ਹੁਣ ਇੰਨਾ ਗਰਵੀਦਾ ਹਰੀੜ ਦਾ, ਉਹ ਡਾਕਟਰ ਹੋ ਕੇ ਹਿਕਮਤ ਦੱਸਦਾ ਲੋਕਾਂ ਨੂੰ। ਚਲਾ ਲਿਆ, ਕਿੰਨੀ ਵਾਰੀ ਲੱਗਦਾ ਵਾ ਹਰੀੜ ਨੂੰ ਸਾਲ 'ਚ? ਇਹਨੂੰ 2 ਵਾਰੀ ਲੱਗਦਾ ਜੀ, ਮੇਨ ਤੇ ਇਸ ਟਾਈਮ ਜਿਹੜੀ ਹਾਰਵੈਸਟ ਹੋ ਰਹੀ ਹੈ। ਅੱਛਾ, ਤੇ ਇਸ ਤੋਂ ਬਾਅਦ ਹੁਣ ਕਬੂਰ ਜਿਹੜਾ ਲੱਗਾ, ਕੁਛ ਮੈਂ ਤੁਹਾਨੂੰ ਅੱਗੇ ਲੱਗੀਆਂ ਵੀ ਨੇ ਨਵੀਆਂ, ਉਹ ਦਸੰਬਰ 'ਚ ਹਾਰਵੈਸਟ ਹੋਣਗੀਆਂ, ਲੇਕਿਨ ਉਹ ਫਲ ਘੱਟ ਹੁੰਦਾ, ਉਹ ਯਾਨੀ ਕਿ ਕਿਲੋਆਂ 'ਚ, ਉਹ ਕਿਲੋਆਂ 'ਚ ਹੁੰਦਾ, ਤੇ ਇਹ ਜਿਹੜਾ ਮਾਣਾ 'ਚ ਹੁੰਦਾ, ਲੇਕਿਨ ਉਹ ਮੋਟਾ ਖੂਬਸੂਰਤ ਬੜਾ ਉਹ ਜ਼ਿਆਦਾ ਹੁੰਦਾ। ਅੱਛਾ, ਹਰੀੜ ਇੱਕ ਤਾਂ ਹੈ ਕਿ ਜ਼ਿਆਦਾ, ਅਸੀਂ ਤਾਂ ਸੁਣਿਆ ਮਰੱਬਾ, ਮਰੱਬੇ ਤੋਂ ਇਲਾਵਾ ਹੋਰ ਹਰੀੜ ਦਾ ਕਿਆ ਜਿਹੜਾ ਵਾ ਨਾ ਇਸਤੇਮਾਲ? ਹਰੀੜ ਦਾ ਇਸਤੇਮਾਲ ਲੋਕੀ ਕਈ, ਤੇ ਇਹਦੀ ਹਾਂਡੀ ਵੀ ਬਣਾਉਂਦੇ ਨੇ, ਅਸੀਂ ਤਾਂ ਨਹੀਂ ਅਜੇ ਤੱਕ ਟਰਾਈ ਕੀਤਾ। ਅੱਛਾ, ਤੇ ਅਚਾਰ ਵੀ ਪਾਉਂਦੇ ਨੇ ਤਾਂ, ਤੇ ਲੇਕਿਨ ਇਹ ਕਿ ਆਪਣਾ ਜਿਹੜੀ ਕੱਚੀ ਹਰੀੜ ਅਗਰ ਤੁਸੀਂ ਖਾ ਲਓ ਨਾ ਜੀ, ਤੇ ਉਹਦਾ ਫਾਇਦਾ ਬਹੁਤ, ਇੱਕ ਹਰੀੜ ਖਾ ਲਓ ਤੇ 1 ਕਿਲੋ ਮਰੱਬਾ ਖਾ ਲਓ, ਇੱਕ ਬਰਾਬਰ। ਲਓ ਜੀ, ਇਹਨੇ ਤਾਂ ਪਾਣੀ ਰੱਖ ਕੇ ਜਿਹੜਾ ਵਾ ਨਾ, ਤੁਹਾਨੂੰ ਦੱਸਿਆ ਵੀ ਰਜੀ ਸਾਹਿਬ ਨੇ ਕਿ ਪਾਣੀ ਦੱਸ ਕੇ, ਪਾਣੀ ਤੋਂ ਬਗੈਰ ਬੜਾ ਔਖਾ। ਆ ਜੀ, ਆ ਲੱਗੀਆਂ ਹੋਈਆਂ ਵਾ, ਤੇ ਫਲ ਬਹੁਤ ਖਰਾਬ ਹੋਇਆ ਜੀ। ਨਹੀਂ, ਇਹ ਸਾਰਾ ਚੁੱਕਿਆ ਜਾਣਾ, ਚੁੱਕਿਆ ਜਾਣਾ, ਇਹ ਤਾਂ 10-15 ਦਿਨ ਖਰਾਬ ਹੀ ਨਹੀਂ ਹੁੰਦਾ, ਇੱਥੇ ਪਿਆ ਪਿਆ ਥੱਲੇ ਚੁੱਕ ਕੇ ਆਰਾਮ ਨਾਲ ਇਹਦਾ ਪਾਉਣਾ ਮਰੱਬਾ ਬਣਾਉਣ ਦਿਓ। ਅੱਛਾ, ਹਾਂਜੀ, ਇਹ ਹੁਣ ਪੱਕ ਗਈ ਹੈ ਨਾ, ਇਹ ਆਟੋਮੈਟਿਕ ਥੱਲੇ ਡਿੱਗ ਪਈ, ਕੁਛ ਇਹ ਝਾੜ ਕੇ ਲੈ ਗਏ ਥੱਲੇ ਚੁੱਕ ਕੇ ਨੇ, ਉਹ ਰਹਿ ਗਈ ਜਿਹੜੀ, ਇਹ ਵੀ ਨਾਲ ਚੁੱਕਦੇ ਰਹਿਣ।
ਥੱਲਿਓ ਮਹਾਲ ਹੋ ਭਾਵੇਂ ਅਤੇ ਚਲੋ ਜੀ ਅੱਗੇ ਦੇਖਦੇ ਹਾਂ ਅੱਗੇ ਕਾਫੀ ਜ਼ਿਆਦਾ ਜਿਹੜਾ ਵਾ ਨਾ। ਹਾਂਜੀ ਇਹ ਜਿਹੜਾ ਨਾ ਹਰੀੜ ਦਾ ਛੋਟਾ ਪੌਦਾ। ਅੱਛਾ ਅੱਛਾ ਐਡਾ ਪੌਦਾ ਲਾਈਦਾ ਇਹ ਅਸੀਂ ਹੁਣ ਆਪਣੇ ਵਾਸਤੇ ਆਪ ਹੀ ਤਿਆਰ ਕਰ ਲਈਦੇ ਨੇ। ਠੀਕ ਹੈ ਅਤੇ ਆਪਣੇ ਨਾਗੇ ਨੂਗੇ ਜਿਹੜੇ ਨੇ ਉਹ ਲਾਈ ਰੱਖੀ ਦੇ। ਦੇਖੋ ਜੀ ਨਿੱਕੇ ਹੁੰਦੇ ਨਾ ਨਿੱਕੇ ਲਾ ਤੋਂ ਆ ਦੇਖਦੇ ਆ ਰਹੇ ਹਰੀੜਾ ਖਾਂਦੇ ਆ ਰਹੇ। ਹਰੀੜ ਦਾ ਮੁਰੱਬਾ ਬੜਾ ਸਵਾਦੀ ਹੁੰਦਾ, ਮਿੱਠਾ ਸ਼ੀਰੇ ਚ ਪਾੜਨਾ। ਤੇ ਪਰ ਆ ਕਦੀ ਲੱਗੀ ਨੀ, ਵੇਖੀ ਸੀ ਇਹ ਨੀ ਸੀ ਪਤਾ ਵੀ ਬੂਟਿਆਂ ਨੂੰ ਲੱਗਦੀ। ਤੇ ਅੱਜ ਸਾਨੂੰ ਤੇ ਇਹ ਸੀ ਵੀ ਪੰਸਾਰੀ ਹੀ ਲਿਆਂਦਾ ਕਿਤੋਂ ਜਿਹੜਾ ਵਾ ਨਾ। ਤੇ ਪੰਸਾਰੀਆਂ ਵਾਲੀ ਤੇ ਜਿਹੜੀ ਵੀ ਆਈਟਮ ਹੁੰਦੀ ਆ ਨਾ ਉਹ ਇੱਕ ਤਾਂ ਮਹਿੰਗੀ ਹੁੰਦੀ ਹੈ, ਦੂਸਰਾ ਪੰਸਾਰੀ ਨਾ ਹੀ ਕੁਛ ਹੋਰ ਰੱਖ ਦਿੰਦੇ ਆ ਲਸੂੜੇ ਤੋਂ ਕਹਿੰਦੇ ਲੌਕੇ ਸਿਪਸਤਾਂ ਕਿ ਪਤਾ ਨਹੀਂ ਕੀ। ਲਓ ਜੀ ਆਹ ਦੇਖੋ ਆਹ ਨਾ ਅੱਛਾ ਆਹੋ ਤੁਸੀਂ ਦਿਖਾਓ ਅਸੀਂ ਨਾ ਗੱਲ ਕਰਦੇ ਰਹੇ। ਲਓ ਜੀ ਆਹ ਆ ਗਏ ਜੀ ਬੂਟੇ ਉਹ ਨਾ ਜਿਹੜੇ ਹਲੇ ਤਾਜ਼ਾ ਚੜ ਗਏ, ਥੱਲੇ ਪੱਤੇ ਵੀ ਪਏ ਨਹੀਂ ਇੰਨੀ ਜ਼ਿਆਦਾ ਹੋਈ, ਇਹ ਹੁਣ ਚੜਾਈ ਹੋ ਰਹੀ ਇਹਦੀ, ਇਹ ਹਾਰਵੈਸਟਿੰਗ ਹੋ ਰਹੀ ਹੈ, ਇਹ ਹੁਣ ਥੱਲੇ ਝਾੜ ਕੇ ਚੁਗਣਗੇ। ਇਹ ਬੂਟਾ ਜਿਹੜਾ ਰਹਿੰਦਾ ਇਹ ਇਹ ਲੱਗਾ ਹੈ ਜੀ ਸੋਟਿਆਂ ਨਾਲ, ਜਿਹੜੇ ਹੱਥ 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 ਦੀ ਰੇਂਜ ਚ ਨਾ ਉਹ ਤੇ ਇੰਜ ਹੱਥ ਨਾਲ ਟੁੱਟ ਜਾਂਦਾ। ਲਓ ਜੀ ਨੰਬਰਦਾਰ ਸਾਹਿਬ ਨਾ ਆਹ ਦਿਖਾਓ ਆਹ ਦੇਖੋ ਇਹ ਵੀ ਇਸ ਹਿਸਾਬ ਸਿਰ ਜਿਹੜਾ ਵਾ ਨਾ ਇਹ ਜਿਸ ਬਸ ਹਾਂਜੀ ਇਧਰ ਇਹ ਵੱਡੀਆਂ ਜਾਮਣਾ ਸਮਝ ਲਓ, ਥੱਲਿਓਂ ਚੁਗ ਲਈਆਂ ਨੇ ਥੱਲਿਓਂ ਆਪਣਾ ਹੱਥ ਵਾਲੀਆਂ ਜਿਹੜੀਆਂ ਨੇ ਤੋੜ ਲਈਆਂ ਨੇ ਗੁੱਛਾਂ ਦੀ ਸ਼ਕਲ ਚ ਵੀ ਜਿਹੜਾ ਵਾ ਨਾ ਲੱਗਿਆ। ਅਰ ਅੱਛਾ ਬੂਟੇ ਬੜੇ ਤਕੜੇ ਆ, ਜ਼ਿਆਦਾ ਲੱਗੇ। ਅੱਛਾ ਇਹ ਕੱਚੀਆਂ ਤੋੜ ਕੇ ਜੀ ਇਹਨਾਂ ਦਾ ਫਿਰ ਇਹਨੂੰ ਪਾਲ ਪਾਉਂਦੇ? ਨਹੀਂ ਨਹੀਂ ਇਹ ਜਾ ਕੇ ਤਕਰੀਬਨ 3-4 ਮਹੀਨੇ 'ਚ ਮੁਰੱਬਾ ਤਿਆਰ ਹੋਣਾ ਜਿਹੜਾ ਅਸੀਂ ਬਣਵਾਈ ਦਾ ਆਪਣੇ ਵਾਸਤੇ। ਜਿਹੜਾ ਕਮਰਸ਼ਲ ਬਣਾਉਂਦੇ ਨੇ ਉਹ ਮਹੀਨੇ ਡੇਢ 'ਚ ਬਣਾ ਲੈਂਦੇ, ਉਹਦੇ 'ਚ ਕੈਮੀਕਲ ਪਾਉਂਦੇ ਨੇ। ਅਸੀਂ ਆਪਣੇ ਘਰ ਖਾਣ ਵਾਸਤੇ ਜਿਹੜਾ ਬਣਵਾਈ ਦਾ ਉਹ ਅਸੀਂ ਦੇਸੀ ਤਰੀਕੇ ਨਾਲ ਬਣਵਾਈ ਦਾ, ਉਹਨੂੰ 3-4 ਮਹੀਨੇ ਲੱਗ ਜਾਂਦੇ ਨੇ, 4-5 ਪਾਣੀ ਉਹਨੂੰ ਬਦਲਣੇ ਪੈਂਦੇ ਨੇ 15-15 ਦਿਨ ਬਾਅਦ। ਅਤੇ ਉਹਦਾ ਜ਼ਾਇਕਾ ਵੀ ਬੜਾ ਜ਼ਬਰਦਸਤ ਹੁੰਦਾ। ਉਹ ਸਿਰਕੇ 'ਚ ਨਹੀਂ 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 ਪਾਣੀ ਸ਼ੀਰੇ 'ਚ ਹੁੰਦਾ, ਯਾਨੀ ਕਿ ਜਿਹੜਾ ਅਸਲ ਤਰੀਕਾ ਨਾ ਦੇਸੀ ਉਹਦੇ ਨਾ 3-4 ਮਹੀਨੇ 'ਚ ਤਿਆਰ ਹੁੰਦਾ ਵਾ ਜੀ ਕਮ ਅਜ਼ ਕਮ। ਤੇ ਜਿਹੜਾ ਕਮਰਸ਼ਲੀ ਜਿਹੜਾ ਕੈਮੀਕਲ ਵਗੈਰਾ ਪਾ ਕੇ ਦਿਨ ਦਾ ਬਾਜ਼ਾਰ ਦਿੰਦੇ ਨੇ ਬਾਜ਼ਾਰੀ, ਉਹ ਡੇਢ ਮਹੀਨੇ 'ਚ ਉਹਨਾਂ ਨੇ ਡੇਢ ਮਹੀਨੇ ਪਾ ਕੇ ਚੂਨੇ ਦਾ ਪਾਣੀ ਲਾ ਲੂ ਕੇ ਤਿਆਰ ਕਰਦੇ ਨੇ, ਇਹਨੂੰ ਨਰਮ ਕਰਨ ਵਾਸਤੇ ਮੇਨ ਮਕਸਦ, ਕਿਉਂਕਿ ਇਹ ਹੁੰਦੀ ਹੈ ਨਾ ਸਖਤ ਬੜੀ ਹੁੰਦੀ ਹੈ ਔਰ ਫਿਰ ਮਿੱਠੀ ਮਠਿਆਈ ਤਰ੍ਹਾਂ ਹੋ ਜਾਂਦੀ ਹੈ। ਹਾਂ ਮਿੱਠੀ ਬਿਲਕੁਲ ਗੁਲਾਬ ਜਾਮਣਾ ਤਰ੍ਹਾਂ ਜਿਹੜਾ ਵਾ ਨਾ ਕੌੜੀਸ਼ਾ ਨੂੰ ਮਿੱਠਾ ਕਰਨਾ। ਹਾਂ ਅੱਛਾ ਫਿਰ ਅਸਤਾ ਇਹ ਸੁਣਦੇ ਆਏ ਆ ਵੀ ਜਿਹੜੀ ਕੌੜੀਸ਼ਾ ਹੁੰਦੀ ਉਹ 'ਚ ਸ਼ਫਾ ਹੁੰਦੀ। ਆਹੋ ਬਿਲਕੁਲ ਇਹ ਕੌੜੀ ਨੂੰ ਮਿੱਠੀ ਕਰੀ ਜਾਂਦੇ ਆਪਾਂ। ਗੱਲ ਤਾਂ ਇਹੀ ਹੈ ਨਾ, ਮੈਂ ਤੁਹਾਨੂੰ ਦੱਸਿਆ ਇੱਕ ਇਹ ਕੌੜੀ ਇੱਕ ਖਾ ਲਓ, 1 ਕਿਲੋ ਮੁਰੱਬਾ ਖਾ ਲਓ, ਤਸੀਰ ਇਹਦੀ ਜ਼ਿਆਦਾ ਹੋਣੀ ਉਹਦੀ। ਉਹ ਪਰ ਵੱਡੀਆਂ ਵੱਡੀਆਂ ਹਰੀੜਾਂ ਨਹੀਂ ਪਈਆਂ? ਨਹੀਂ ਨਹੀਂ ਉਹ ਕੱਦੂ ਨੇ ਰਾਣਾ ਸਾਹਿਬ ਨੇ ਜਿਹੜੇ ਲਾਏ ਸਨ ਨੈੱਟ ਤੇ। ਆਹ ਦੇਖਣਾ ਇਹ ਹੈ ਜੀ, ਨਹੀਂ ਇਹ ਤਾਂ ਛੋਟੀਆਂ ਇਹ ਛੋਟੀਆਂ ਵਾ, ਤੇ ਵੈਸੇ ਤਾਂ ਉਹ ਦੇਖੋ ਉੱਪਰ ਵੱਡੀਆਂ ਵੱਡੀਆਂ ਵੀ ਲੱਗੀਆਂ ਹੋਈਆਂ ਵਾ, ਇਹ ਮਿਕਸ ਹੀ ਹੁੰਦੀਆਂ ਨਾ ਕਿਤੇ ਛੋਟੇ ਲੱਗ ਗਏ ਇਹ ਹੁਣ ਵਿੱਚ ਵੱਡੀਆਂ ਵੀ ਨੇ। ਅੱਛਾ ਇੱਕ ਹੋਰ ਆ ਛਾਂ ਵੀ ਬੜੀ ਜ਼ਬਰਦਸਤ ਕਿਸਮ ਦੀ ਆ, ਆ ਦੇਖਣਾ ਹੁਣ ਅੰਜਮ ਕਿਤਨੇ ਇੱਥੇ ਪਾਏ ਤੂੰ 20 ਮੰਜੇ ਡਾਲਾ ਇੱਕ ਦਰਖ ਦੇ। ਅੱਛਾ ਸਰਦੀਆਂ 'ਚ ਇਹਦੀ ਖਾਸੀਅਤ ਇਹਨੇ ਪੱਤੇ ਝਾੜ ਦੇਣੇ। ਲਓ ਜੀ ਹਾਂ ਸਰਦੀਆਂ 'ਚ ਪੱਤੇ ਝਾੜ ਲੈਂਦੀ ਤੇ ਦੁਬਾਰਾ ਫਿਰ ਇਹਨੇ ਅਪ੍ਰੈਲ 'ਚ ਇਹਨੇ ਪੱਤੇ ਕੰਡੇ ਨਾਲ ਹੀ ਬੂਰ ਕੱਢ ਲੈਣਾ। ਠੀਕ ਹੈ ਉਦੋਂ ਤੁਹਾਡਾ ਚੱਕਰ ਲੱਗਾ ਇੱਕ ਵਾਰੀ ਉਦੋਂ ਵੀ ਲਾਇਆ। ਅੱਛਾ ਇਹ ਬੂਰ ਇਹਨੂੰ ਆਉਂਦਾ ਵਾ ਅਪ੍ਰੈਲ ਦੇ ਮਹੀਨੇ 'ਚ? ਨਹੀਂ ਮਾਰਚ ਅਪ੍ਰੈਲ, ਹਾਂਜੀ ਮਾਰਚ 'ਚ ਬੂਰ ਆਉਂਦਾ ਵਾ। ਅਤੇ ਇਹ ਹੁਣ ਜਿਹੜਾ ਚੱਲ ਰਿਹਾ ਵਾ ਮਹੀਨਾ ਤਕਰੀਬਨ ਅਗਸਤ 'ਚ ਜਿਹੜੀ ਆ ਨਾ ਇਹਦੀ ਹਾਰਵੈਸਟਿੰਗ ਹੋ ਜਾਂਦੀ ਹੈ, ਜਿਹੜੀ ਮੇਨ ਹਾਰਵੈਸਟਿੰਗ, ਬਾਕੀ ਇੱਕ ਦਸੰਬਰ 'ਚ ਹੋਏਗੀ, ਜੂਨ ਜਿਹੜਾ ਹੁਣ ਲੱਗ ਰਿਹਾ ਉਹ ਦਸੰਬਰ 'ਚ ਹੋਏਗੀ। ਕੋਈ 4 ਕੁ ਮਹੀਨੇ ਦੀ ਯਾਨੀ ਕਿ ਬੂਰ ਲੱਗਣ ਤੋਂ ਬਾਅਦ ਪੱਕਣ ਤੱਕ ਕੋਈ 4 ਕੁ ਮਹੀਨੇ ਦਾ ਹੈ ਰੱਸਾ? ਹਾਂਜੀ 4 ਮਹੀਨੇ ਲੱਗ ਜਾਂਦੇ। ਤੇ
ਹੁਣ ਇੱਧਰ ਚਲੀਏ ਸਾਗ ਦੇ ਜਾਂਦੇ। ਅੱਛਾ ਵੈਸੇ ਰਜੀ ਸਾਹਿਬ ਜੀ, ਇਹ ਤੁਹਾਨੂੰ ਹਰੀੜ ਦਾ ਨਾ ਕਿੱਥੋਂ ਜ਼ਿਹਨ ਚ ਆਇਆ? ਤੁਸੀਂ ਵੈਸੇ ਤਾਂ ਕੰਮ ਸਾਰੇ ਹੀ ਇਸ ਤਰ੍ਹਾਂ ਹੀ ਕਰਦੇ ਆ, ਕੋਈ ਨਾ ਕੋਈ ਨਵਾਂ ਹੀ ਕੰਮ ਕਰਦੇ ਆ। ਹਰੀੜ ਦਾ ਕਹਿੰਦੇ ਨਾ ਕਿ ਅੱਲਾਹ ਤਾਲਾ ਨੇ ਜਦੋਂ ਕੋਈ ਰਿਸਕ ਦੇਣਾ ਹੋਵੇ, ਜਿਸ ਤਰੀਕੇ ਨਾਲ ਦੇਣਾ ਹੋਵੇ, ਉਹ ਸਬੱਬ ਪੈਦਾ ਕਰ ਦਿੰਦਾ। ਹਾਂਜੀ, ਇਹ ਸਾਡਾ ਬਾਗ ਸੀ ਪੂਰਾ 25 ਏਕੜ ਅੰਬ ਦਾ। ਅੱਛਾ, ਅਤੇ ਉਹਦੀ ਪੈਦਾਵਾਰ ਇੰਨੀ ਨਹੀਂ ਸੀ ਆਉਂਦੀ, ਅਤੇ ਜਾਂ ਕੋਈ ਪਤਾ ਨਹੀਂ ਉਹ ਜਿਹੜਾ ਵਪਾਰੀ ਸੀ ਉਹ ਨਹੀਂ ਸੀ ਪੈਸੇ ਦਿੰਦਾ, ਉਹ ਫਿਜ਼ੀਬਲ ਨਹੀਂ ਰਿਹਾ। ਅੱਛਾ, ਅਸੀਂ ਸਾਰਾ ਪੁਟਾ ਦਿੱਤਾ ਬਾਗ, ਅੰਬ ਦਾ ਸੀ, ਅੰਬ ਸਾਰਾ ਪੁਟਾ ਦਿੱਤਾ। ਅੱਛਾ, ਅਤੇ ਕਿਉਂਕਿ ਬਾਗ ਦਾ ਪਾਣੀ ਮਨਜ਼ੂਰ ਸੀ ਅਤੇ ਬਾਗ 'ਤੇ ਲਾਉਣਾ ਸੀ। ਹਾਂ, ਬਾਗ ਤਾਂ ਬਾਗ ਦੀ ਜਗ੍ਹਾ 'ਤੇ ਬਾਗ ਕਰਨਾ। ਹਾਂਜੀ, ਉਹ ਅੰਬ ਦੇ ਇੱਕ ਕੁਛ 3 ਏਕੜ ਸਨ, ਉਹਦੇ 'ਚ ਕੋਈ 20 ਕੁ ਪੌਦੇ ਨਾ ਔਲਿਆਂ ਦੇ ਲਾਏ ਸਨ। ਅੱਛਾ, ਆਮਲੇ ਦੇ? ਹਾਂ, ਆਮਲੇ ਦੇ। ਉਹ ਇੱਕ ਬੰਦਾ ਉੱਥੋਂ ਆਇਆ, ਉਹਨੇ ਕਿਹਾ ਜੀ ਇਹ ਔਲੇ ਮੈਂ ਲੈਣੇ ਨੇ। ਉਹਨੇ ਕਿਹਾ ਜੀ ਸਾਨੂੰ ਤਾਂ ਅਸੀਂ ਪੁੱਟ ਰਹੇ ਹਾਂ, ਪੁੱਟਣ ਦਾ ਹੁਕਮ। ਉਹ ਕਹਿੰਦੀ ਮੇਰੀ ਗੱਲ ਕਰਾਓ ਅਤੇ ਮੈਂ ਇਹ ਪੁੱਟਣ ਨਹੀਂ ਦੇਣਾ। ਉਹਨੇ ਮੇਰੇ ਨਾਲ ਗੱਲ ਕੀਤੀ, ਉਹਨੇ ਕਿਹਾ ਜੀ ਇਹ ਪੁੱਟਣੇ ਨਹੀਂ ਬਲਕਿ ਹੋਰ ਲਾਉਣੇ ਨੇ ਅਤੇ ਤੁਹਾਨੂੰ ਹਰੀੜ ਵੀ ਲਵਾਉਣੀ। ਉਹ ਮੈਂ ਕਿਹਾ ਹਰੀੜ ਕੀ ਹੁੰਦਾ? ਅਤੇ ਉਦੋਂ ਤਾਂ ਨਾ ਹੀ ਨਹੀਂ ਸੁਣਿਆ। ਉਹਨੇ ਆਖਿਆ ਜੀ ਮੈਂ ਤੁਹਾਨੂੰ ਦੱਸਾਂਗਾ, ਅਤੇ ਇੱਥੋਂ ਪੌਦੇ ਨਹੀਂ ਮਿਲਣੇ, ਇੰਡੀਆ 'ਚੋਂ ਮਿਲਣੇ। ਅੱਛਾ, ਮੈਂ ਲਿਆ ਕੇ ਦਿਆਂਗੇ। ਉਹ ਫਿਰ ਅਸੀਂ ਵਾਲਦ ਸਾਹਿਬ ਨੇ ਮੈਂ ਸਲਾਹ ਕੀਤੀ ਬਜ਼ੁਰਗਾਂ ਨਾਲ, ਉਹਨਾਂ ਕਿਹਾ ਠੀਕ ਹੈ ਬਾਗ ਦਾ ਪਾਣੀ ਬਾਗ ਵੀ ਲਾਉਣਾ, ਚਲੋ ਫਸਲ ਹੁੰਦੀ ਰਹੇਗੀ, ਜ਼ਰਾ ਦੇਰ ਨਾ ਹੁੰਦਾ ਪੌਦਾ। ਅਤੇ ਉਹ ਅਸੀਂ ਕੋਈ 300 ਪੌਦਾ ਮੰਗਵਾਇਆ ਨਾ ਉੱਥੋਂ ਇੰਡੀਆ ਤੋਂ। ਯਾਨੀ ਕਿ ਆਮਲਿਆਂ ਨੇ ਤੁਹਾਨੂੰ ਹਰੀੜ ਦੀ ਰਾਹ ਦਿਖਾਈ? ਆਮਲਿਆਂ ਨੇ ਹਰੀੜ ਦੀ ਰਾਹ ਦਿਖਾਈ। ਯਾਨੀ ਕਿ ਅੰਬਾਂ ਦਾ ਖਤਮ ਹੋਣਾ, ਹਾਂਜੀ, ਅਤੇ ਆਮਲਿਆਂ ਦਾ ਫਿਰ ਜਿਹੜਾ ਬਚਣਾ, ਅਤੇ ਆਮਲਿਆਂ ਤੋਂ ਫਿਰ ਤੁਸੀਂ ਨਾ ਹਰੀੜ 'ਤੇ, ਅਤੇ ਹੁਣ ਅਸੀਂ ਨਾ ਪਹੁੰਚਣ ਲੱਗੇ ਹਾਂ ਜੀ ਆਮਲਿਆਂ ਦੇ ਨੇੜੇ। ਅਤੇ ਹਾਂ, ਦਿਖਾ ਵੀ ਫਿਆਦ ਅਗਲੇ ਪਾਸੇ ਦੇਖ, ਕਿਆ ਛਤਨਾਰ ਦਰਖਤ ਆ ਯਾਰ, ਕਿਆ ਮਜ਼ੇਦਾਰ ਇਹ ਜੀ ਆਮਲੇ ਦਾ ਦਰਖਤ, ਇਹ ਜਿਹਦੀ ਵਜ੍ਹਾ ਨਾਲ ਹਰੀੜ ਆਈ ਹੈ। ਅਤੇ ਇਹ ਵੀ ਫਿਰ ਬਚ ਕੇ, ਉਹਨੇ ਕਿਹਾ ਨਹੀਂ ਪੁੱਟਣ ਦੇਣਾ। ਡਬਲ ਹੋ ਜਾਣਾ ਇਹਦਾ ਸਾਈਜ਼। ਅੱਛਾ, ਹਾਂਜੀ, ਇਹ ਛੋਟਾ ਛੋਟਾ ਹੈ, ਦੇਸੀ ਵਾਲਾ ਸਟਾਈਲ, ਦੇਸੀ ਵਾਲਾ, ਲੇਕਿਨ ਇਹ ਐਡਾ ਐਡਾ ਹੋ ਜਾਂਦਾ। ਅੱਛਾ, ਕਾਫੀ ਇਹ ਹਾਲੇ ਕੱਚਾ ਵਾ, ਹਰ ਸਾਈ ਨੂੰ ਨਾ ਮੂੰਹ ਨਾ ਮਾਰਿਆ ਕਰ। ਵੀ ਹੁੰਦਾ ਹੈ ਸਾਹਿਬ, ਇਹ ਪੁੱਛ ਕੇ ਖਾਓ, ਐਵੇਂ ਨਾ ਖਾਈ ਜਾਓ। ਇਹ ਆਪਣਾ ਪਾਮ ਵੀ ਨੇ। ਚਲੋ ਇਹਦੇ ਹਾਲੇ ਤਾਂ ਆਮਲੇ ਤੇ ਗੱਲ ਕਰਦੇ ਹਾਂ ਜੀ, ਆ ਜਾਓ। ਅੱਛਾ ਅੱਛਾ, ਆਮਲਾ ਇਹ ਬਨਾਰਸੀ, ਉਹ ਪਰਲਾ ਦੇਸੀ ਹੈ। ਅੱਛਾ, ਉਹ ਵੀ ਵੇਖਣਾ, ਉਹਦਾ ਵੀ ਫਲ। ਹਾਂ, ਉਹਦਾ ਵੀ ਦੇਖ ਲੈਂਦੇ। ਉਹ ਥੋੜ੍ਹਾ ਜਿਹਾ ਲਾਲ ਰੰਗਤ 'ਚ ਸੁਰਖੀ ਮਾਇਲ ਹੁੰਦਾ, ਅਤੇ ਸਾਈਜ਼ ਛੋਟਾ ਹੁੰਦਾ, ਲੇਕਿਨ ਸਿਆਣੇ ਆਉਂਦੇ ਨੇ ਕਿ ਦੇਸੀ ਦਾ ਮੁਰੱਬਾ ਇਹਦੇ ਨਾਲ ਜ਼ਿਆਦਾ ਬਿਹਤਰ ਹੈ। ਉਹ ਕਹਿੰਦੇ ਨਹੀਂ ਵੀ ਸਿਆਣੇ ਦਾ ਕਿਹਾ ਅਤੇ ਆਮਲੇ ਦਾ ਖਾਧਾ, ਉਹ ਔਲਾ ਆਮਲਾ ਜਿਹੜਾ ਪੰਜਾਬੀ 'ਚ ਠੀਕ ਹੈ, ਚਲੋ ਠੀਕ, ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ, ਉਹਦਾ ਬਾਅਦ 'ਚ ਪਤਾ ਲੱਗਦਾ ਵਾ ਫਾਇਦੇ ਦਾ। ਨਹੀਂ, ਉਹ ਔਲਾ ਤੇ ਬੇੜਾ ਹੁੰਦਾ ਜਿਹਦਾ ਫਰਕ ਹੁੰਦਾ ਵਾ, ਜਿਹੜਾ ਇਹ ਆਮਲਾ ਜਿਹੜਾ ਵਾ ਨਾ ਉਰਦੂ ਵਾਲਾ ਵਾ, ਤੇ ਔਲਾ ਹਾਂ ਇਹ ਦੇਸੀ ਹੈ, ਇਹਨੂੰ ਜ਼ਰਾ ਘੱਟ ਲੱਗਦਾ। ਹਾਂ, ਇਹਨੂੰ ਹਲੇ, ਲੇਕਿਨ ਸਾਈਜ਼ ਛੋਟਾ ਹੁੰਦਾ, ਹਲੇ ਇਹਨੂੰ ਨਹੀਂ ਲੱਗਿਆ ਹੈ। ਅਚਾਰ ਵੀ ਇਹਦਾ ਪੈਂਦਾ, ਉਹ ਸਾਹਮਣੇ ਵਾਲਾ ਬੂਟਾ ਵੀ ਦੇਸੀ ਦਾ ਵਾ, ਬਨਾਰਸੀ ਦਾ ਨਹੀਂ ਪੈਂਦਾ। ਹਾਂਜੀ, ਉਹ ਜੀ ਉਹ ਬਨਾਰਸੀ ਨੇ, ਇਹ ਵੀ ਬਨਾਰਸੀ ਹੈ। ਅੱਛਾ, ਅਚਾਰ ਜਿਹੜਾ ਵਾ ਇਹ ਪੈਂਦਾ ਵਾ ਸਿਰਫ ਦੇਸੀ ਦਾ? ਦੇਸੀ ਦਾ, ਹਾਂਜੀ। ਤੇ ਅੱਛਾ, ਇਹ ਆਮਲਾ ਜਿਹੜਾ ਵਾ ਇਸ ਦਾ ਕੀ ਪੌਦਾ ਕਿੰਨੇ ਸਾਲਾਂ ਬਾਅਦ ਲੈਂਦਾ ਵਾ ਫਲ? ਆਮਲੇ ਦਾ ਚੌਥੇ ਸਾਲ। ਚੌਥੇ ਸਾਲ 'ਚ? ਹਾਂਜੀ। ਤੇ
ਕਿਤਨਾ ਕੁ ਫਲ ਜਿਹੜਾ ਵਾ ਨਾ ਇੱਕ ਲੈ ਲੈਂਦਾ ਵਾ ਇੱਥੇ ਆ ਇਹ 10 ਮਣ ਤੇ ਸਾਡੀ ਐਵਰੇਜ ਆ ਜਾਂਦੀ ਤੇ ਕਈ 15 20 ਮਣ ਤੱਕ ਵੀ ਚਲੇ ਜਾਂਦੇ ਨੇ ਪੌਦੇ ਅੱਛਾ ਅੱਜ ਮੈਂ ਪੌਦਾ ਵੇਖੋ ਨਾ ਜਵਾਨ ਵੱਡੇ ਪੌਦੇ ਨੇ ਇਹ 10 15 ਮਣ 20 ਮਣ ਤੱਕ ਵੀ ਚਲੇ ਜਾਂਦੇ ਅੱਛਾ ਤੇ 2000 ਤੋਂ ਲੈ ਕੇ ਤੇ ਪਿਛਲੇ ਸਾਲ 8000 ਵੀ ਕੀਮਤ ਰਹੀ ਹੈ ਅੱਛਾ ਅਗਰ ਉਸ ਦਾ ਰੇਟ 2000 ਵੀ ਹੋਵੇ ਜੀ ਤੇ 10 ਮਣ ਉਤੇ ਤੇ 20000 ਇੱਕ ਪੌਦੇ ਦਾ ਹਾਂਜੀ ਪੋਟੈਂਸ਼ੀਅਲ ਲੇਕਿਨ ਹੁਣ 2000 ਅਣ ਸਾਹਿਬ ਰਹਿਣਾ ਨਹੀਂ ਰਹਿਣਾ ਕੋਈ ਨਹੀਂ 4-5000 ਤੋਂ ਉੱਤੇ ਰਹਿਣਾ ਤੇ ਅਗਰ 5000 ਆ ਤੇ 10 ਮਣ 50000 ਦਾ ਯਾਨੀ ਕਿ ਇੱਕ ਪੌਦੇ ਦਾ ਜਿਹੜਾ ਅਡਾ ਹੈ ਆ ਹਾਂਜੀ ਬਿਲਕੁਲ ਤੇ ਇਹ ਕਿੰਨੇ ਫਾਸਲੇ ਤੇ ਲੱਗਦਾ ਵਾ ਆਮਲੇ ਦਾ ਪੌਦਾ ਇਹਨੂੰ ਤੁਸੀਂ 60 ਫੁੱਟ ਤੇ ਵੀ ਲਾਓ ਫਿਰ ਵੀ ਜੁੜ ਜਾਂਦਾ ਅੱਛਾ ਯਾਨੀ ਕਿ ਇਹ ਇੱਕ ਲਾਈਨ ਚ ਮੇਰੇ ਖਿਆਲ ਆ 4 ਕੀ ਜਿਹੜਾ ਵਾ ਨਾ ਹਾਂਜੀ ਇਹ ਹੁਣ ਦੋ ਪੌਦੇ ਨੇ 50-50 ਫੁੱਟ ਤੇ ਲੱਗੇ ਨੇ ਤੇ ਉੱਤੋਂ ਵੇਖ ਲਓ ਨਾਲ ਜੁੜ ਗਏ ਹਾਂ ਬਿਲਕੁਲ ਪਰਲੇ ਜਿਹੜੇ ਨੇ ਇਹਦੇ ਵਿੱਚ ਹੀ ਫਿਰ ਕਿਉਂਕਿ ਉਹ ਆਪਣਾ ਫਾਸਲਾ ਦੇ ਫਿਰ ਇਹਦੇ ਮੈਂ ਸਾਗਵਾਨ ਲਾਤਾ ਇਹ ਤਾਂ ਫਿਰ ਆਪਣਾ 12x6 8 ਤੇ ਇਹ ਤਾਂ 25 ਕ ਪੌਦੇ ਹੀ ਲੱਗਦੇ ਫਿਰ ਕਿੱਲੇ ਚ ਸਹੀ ਪੈਣੇ ਹਾਂਜੀ ਹਾਂਜੀ ਬਲਕਿ ਜ਼ਿਆਦਾ ਫਿਰ ਇਹ ਹੈ ਕਿ ਵੱਟਾਂ-ਵੁੱਟਾਂ ਤੇ ਲੱਗਦੇ ਆ ਕਿ ਵੱਟਾਂ ਤੇ ਲੱਗ ਜਾਏ ਵੱਟਾਂ ਤੇ ਲੱਗ ਉਹ ਤੇ ਬਹੁਤ ਬਿਹਤਰ ਹੈ ਹਾਂ ਇੱਕ ਇਹ ਵੀ ਉਸ ਤਰ੍ਹਾਂ ਹੀ ਇਹਨੂੰ ਨਾ ਕੋਈ ਖਾਦ ਨਾ ਕੋਈ ਸਪਰੇ ਹਾਂ ਤੇ ਨਾ ਕੋਈ ਇਹਦੀ ਚੋਰੀ ਚਕਾਰੀ ਕੋਈ ਇਹਦਾ ਫਰੂਟ ਫਲਾਈ ਵਾਲਾ ਉਹ ਵੀ ਕੋਈ ਮਸਲਾ ਨਹੀਂ ਅੱਛਾ ਇਹਦਾ ਵੀ ਫਰੂਟ ਫਲਾਈ ਦਾ ਕੋਈ ਰੌਲਾ ਨਹੀਂ ਹਾਂਜੀ ਕਿਸੇ ਕਿਸਮ ਦਾ ਜਿਹੜਾ ਵਰਨਾ ਹਰ ਦੂਸਰੇ ਇੱਕ ਮੇਟੀ ਹੈ ਜੋ ਜਵਾਨ ਹੋ ਜਾਏ ਤੇ ਫਿਰ ਬਹਿ ਕੇ ਖਾਣਾ ਇਹ ਚੌਥੇ ਸਾਲ 'ਚ ਫਲ ਦਿੰਦਾ ਵਾ ਜੀ ਚੌਥੇ ਸਾਲ 'ਚ ਮੈਂ ਤੁਹਾਨੂੰ ਆਹਨਾ ਦੂਸਰੇ ਛੋਟੇ ਪੌਦੇ ਜਿਹੜੇ ਲਾਏ ਨੇ ਉਹ ਤੀਸਰੇ ਸਾਲ 'ਚ ਨੇ ਉਹਨਾਂ ਨੂੰ ਵੀ ਕੁਝ ਫਲ ਲੱਗਿਆ ਅੱਛਾ ਲੇਕਿਨ ਭਰਪੂਰ ਜਿਹੜਾ ਚੌਥੇ ਸਾਲ ਤੋਂ ਪੈਦਾਵਾਰ ਇਹਦੀ ਯਾਨੀ ਕਿ 10 ਮਣ ਤੋਂ ਲੈ ਕੇ 15-20 ਮਣ ਤੱਕ ਜਿਹੜਾ ਵਾ ਵੱਡਾ ਪੌਦਾ ਜਵਾਨ ਜਿਹੜਾ ਅੱਛਾ ਇਹ ਦੇਖੋ ਹੁਣ ਆਹ ਲੱਗ ਰਿਹਾ ਵਾ ਦੇਸੀ ਆ ਛੋਟਾ ਛੋਟਾ ਇਹ ਇਹ ਬਨਾਰਸੀ ਹੈ ਲੇਕਿਨ ਇਹਨੂੰ ਫਲ ਹੋਣ ਲੱਗ ਰਿਹਾ ਅੱਛਾ ਅੱਛਾ ਇਹ ਛੋਟਾ ਹੈ ਨਾ ਇਹਨੇ ਹੁਣ ਫਲ ਚੱਕਣਾ ਸ਼ੁਰੂ ਕੀਤਾ ਹਾਂਜੀ ਇਹਨੇ ਵੀ ਮਣ ਡੇਢ ਦੇ ਹੀ ਜਾਣਾ ਛੋਟੇ ਪੌਦੇ ਨੇ ਲੋ ਜੀ ਇਹ ਛੋਟਾ ਪੌਦਾ ਹਾਂ ਇਹ ਵੀ ਕਹਿੰਦੇ ਵੀ ਮਣ ਡੇਢ ਮਣ ਤਾਂ ਇਹਨੇ ਵੀ ਦੇ ਜਾਣਾ ਇਹ ਹਜੇ ਨਜ਼ਰ ਨਹੀਂ ਆ ਰਿਹਾ ਨਾ ਬਹੁਤ ਛੋਟੇ ਛੋਟੇ ਉੱਤੇ ਵੀ ਇਸ ਪੌਦੇ ਦੀ ਉਮਰ ਕਿੰਨੀ ਹੋਣੀ ਰਜੀ ਸਾਹਿਬ ਇਹ ਚੌਥੇ ਸਾਲ 'ਚ ਇਹ ਚੌਥੇ ਸਾਲ ਠੀਕ ਹੈ ਹਾਂ ਇਹਨੇ ਇਹਨੇ ਫਲ ਚੁੱਕ ਗਿਆ ਜਿਹੜੇ ਤੀਸਰੇ ਸਾਲ ਉਹਨਾਂ ਘੱਟ ਹੈ ਤੇ ਸਹੀ ਪੌਦਾ ਜਿਹੜਾ ਵਾ ਅਗਲੇ ਪਾਸੇ ਉਹ ਦੇਖਦੇ ਆ ਉਸ ਦਾ ਕਿ ਯਾਨੀ ਕਿ ਕਮ ਸੇ ਕਮ ਤਣੇ ਤੋਂ ਸਾਨੂੰ ਅੰਦਾਜ਼ਾ ਹੋਏਗਾ 28 ਸਾਲ ਦਾ ਹੈ 28 ਸਾਲ ਦਾ 28 ਸਾਲ ਦਾ ਜੀ ਬਹੁਤ ਪੁਰਾਣਾ ਉਹ ਤਾਂ 1995 96 ਚ ਲੱਗਿਆ ਜੀ ਜੀ ਉਹ ਅੰਬ ਦੇ ਬਾਗ ਦੇ ਵਿੱਚ ਹੀ ਕੱਲ ਆਏ ਸਨ ਅੱਛਾ ਇਹ ਇਹ ਦੇਸੀ ਸੀ ਕਿ ਬਨਾਰਸੀ ਸੀ ਨਹੀਂ ਨਹੀਂ ਇਹ ਬਨਾਰਸੀ ਨੇ ਅੱਛਾ ਅੱਛਾ ਬਨਾਰਸੀ ਤੁਸੀਂ ਸ਼ੁਰੂ ਤੋਂ ਹੀ ਚੰਗੀ ਵੈਰਾਈਟੀ ਤੇ ਪਹੁੰਚ ਗਏ ਹੈ ਬਸ ਉਹ ਕਮਾਲੀਏ ਤੋਂ ਕਿਸੇ ਨੇ ਦੱਸਿਆ ਸੀ ਉਹ ਵੇਖੋ ਨਾ ਉਹਦਾ ਮੋਟ ਉਹ ਤੇਰਾ ਫਾਸਲਾ ਉਹਦਾ ਜ਼ਿਆਦਾ ਨਾ 60 ਫੁੱਟ ਤੇ ਉਹਦਾ ਮੋਟਾ ਇਹ ਜਿਹੜਾ ਨਜ਼ਦੀਕ ਨਜ਼ਦੀਕ ਲੱਗੇ ਇਹਨਾਂ ਦੇ ਮੁੜ ਘੱਟ ਇਹ 28 ਸਾਲ ਹੈ ਉਹ ਉਹ ਜਿਹੜਾ ਇਕੱਲਾ ਪੌਦਾ ਉਹਦਾ ਵੇਖ ਲਓ ਕਿੰਨਾ ਪੇੜ ਹਾਂ ਹਾਂ ਉਹ ਸਾਹਮਣਾ ਆ ਗਿਆ ਇਸ ਤੋਂ ਕਿੰਨਾ ਇਸ ਤੋਂ 10 ਮਣ ਤੋਂ ਜ਼ਿਆਦਾ ਉਤਰਦਾ ਵਾ ਹਾਂਜੀ ਜਿਹੜਾ ਇਹ ਪੌਦਾ ਨਾ ਉਹ ਵਾਲਾ ਹੋ ਗਿਆ ਜਿਵੇਂ ਉਹ ਵਾਲਾ 15-15 ਮਣ ਉੱਤਰ 15-15 ਮਣ ਇਹਨਾਂ ਤੋਂ ਨਾ ਇੱਕ ਪੌਦੇ ਦੀ ਯਾਨੀ ਕਿ ਸਾਈਜ਼ ਦੇ ਹਿਸਾਬ ਨਾਲ 5 ਮਣ ਵਾਲੇ ਵੀ ਨੇ ਕੋਈ 10 ਵਾਲੇ ਅਗਰ ਇਹ 5000 ਇਹ 75000 ਤੋਂ ਲੱਖ ਰੁਪਈਏ ਦਾ ਨਾ ਫਲ ਇਹਨਾਂ ਪੌਦਿਆਂ ਤੇ ਐਵਰੇਜ ਐਵਰੇਜ 30-35000 ਦਾ ਪੌਦਾ ਹੋ ਪੌਦਾ ਹੈ ਦਿਖਾਈ ਜੋ ਪੌਦੇ ਦਿਖਾਈ ਹਾਂ ਆ ਦੇਖੋ ਜੀ ਕਿੱਡੇ ਕਿੱਡੇ ਤਕੜੇ ਜਿਹੜੇ ਆ ਨਾ ਪੌਦੇ ਹੈ ਆ ਤੇ ਇਹਦੇ ਆਮਲੇ 'ਚ ਇਹ ਹੋ ਗਿਆ ਕਿ ਇਸ ਦਾ ਫਾਸਲਾ ਜਿਹੜਾ ਵਾ ਨਾ ਉਹ 60 ਫੁੱਟ ਤੱਕ ਵੀ ਕਰ ਸਕਦੇ ਆ ਇਹ ਲਾਣਾ ਚਾਹੀਦਾ ਵੱਟਾਂ ਤੇ ਹਾਂਜੀ ਵੱਟਾਂ ਤੇ ਲਾਣਾ ਚਾਹੀਦਾ ਪਾਣੀ ਇਹਨੂੰ ਘੱਟ ਵੀ ਹੋਵੇ ਤੇ ਕੋਈ ਮਸਲਾ ਪਾਣੀ ਦੀ ਵੀ ਇਸ ਨੂੰ ਐਡੀ ਕੋਈ ਜ਼ਰੂਰਤ ਨਹੀਂ ਜੀ ਜੀ ਤੇ ਔਰ ਇਹਦਾ ਇਹ ਵੀ ਸਿਆਲ 'ਚ ਨਾ ਇਹਨੇ ਪੱਤੇ ਝਾੜ ਜਾਣੇ ਅੱਛਾ ਇਹਦੀ ਉਮਰ ਕਿਤਨੀ ਕਿ ਜਿਹੜਾ ਵਾ ਨਾ ਹੈ ਇਹਦੀ ਤਾਂ ਹੈ ਨਾ ਸਹੀ ਵੈਸੇ ਕਿੱਥੇ ਕਿ ਇਹ ਤਾਂ 100-100 ਸਾਲ ਚੱਲ ਜਾਂਦੇ 100-100 ਸਾਲ ਚੱਲਦੇ ਨੇ ਇਹਦਾ ਸਿਰਫ ਆਮਲੇ ਦਾ ਇਹ ਕਿ ਜਦੋਂ ਹੁਸੜ ਲੱਗਦਾ ਨਾ ਸਾਉਣ ਭਾਦਰੋਂ ਤੇ ਜਾਂ ਹਨੇਰੀ ਬਹੁਤ ਆਵੇ ਤੇ ਫਿਰ ਇਹਦੇ ਟਹਿਣੇ ਟੁੱਟਦੇ ਨੇ ਅੱਛਾ ਖਾਸ ਤੌਰ ਜਦੋਂ ਫਲ ਲੱਗਾ ਹੋਵੇ ਨਾ ਫਲ ਇੰਨਾ ਲੱਗਦਾ ਵਜ਼ਨ ਦੇ ਨਾਲ ਹੀ ਟੁੱਟ ਜਾਂਦੇ ਅੱਛਾ ਲੱਕੜ ਥੋੜੀ ਕੱਚੜ ਅੱਛਾ ਲੇਕਿਨ ਇਹ ਕਿ ਉਹ ਤੇ ਬਾਵਜੂਦ ਕਾਫੀ ਹੈ ਅੱਛਾ ਲੱਕੜੀ ਇਹਦੀ ਇੰਨੀ ਪੱਕੀ ਨਹੀਂ ਹਾਂਜੀ ਕੱਚੀ ਲੱਕੜੀ ਅੱਛਾ ਲਈ ਇਹ ਸੀ ਸਾਡੀ ਦੂਸਰੀ ਫਸਲ ਤੇ ਅਸੀਂ ਹੁਣ ਆ ਜੰਨੇ ਆ ਤੀਸਰੀ ਫਸਲ ਨਾਲ ਸਾਗਵਾਨ ਨਾਲ ਹੈ ਸਾਗਵਾਨ ਨਾਲ ਹਾਂ ਇੱਧਰ ਨਹੀਂ ਦੂਸਰੀ ਦੇ ਵਿੱਚ ਤੀਸਰੀ ਦਿਖਾ ਹਾਂਜੀ ਹਾਂ ਮੈਂ ਖਲੋਤਾ ਹੀ ਆ
ਜਿਸ ਤਰ੍ਹਾਂ ਅੰਜਮ ਨੇ ਕਿਹਾ ਸੀ ਅੱਜ ਤੁਹਾਨੂੰ ਉਹ ਫਸਲਾਂ ਦਿਖਾਣੀਆਂ ਵਾ ਵੀ ਜਿਨ੍ਹਾਂ ਦਾ ਹਲੇ ਨਾ ਯੂਟਿਊਬਰ ਰੌਲਾ ਹੀ ਪਾਉਂਦੇ ਆ ਵੀ ਇਹ ਫਸਲ ਲਾ ਲਓ ਅਤੇ ਇਹ ਤਾਂ ਇਹ ਲੱਗੀਆਂ ਹੋਈਆਂ ਫਸਲਾਂ ਜਿਹੜੀਆਂ ਵਾ ਨਾ ਲਓ ਜੀ ਇਹ ਵੇਖ ਲਓ ਰਜ਼ੀ ਸਾਹਿਬ ਵੈਸੇ ਵੀ ਬਹੁਤ ਪੜ੍ਹੀ ਲਿਖੀ ਫੈਮਿਲੀ ਤੋਂ ਤਲਕ ਰੱਖਦੇ ਆ ਜੀ ਇਹਨਾਂ ਦੇ ਵਾਲਦ ਸਾਹਿਬ ਜਿਹੜਾ ਵਾ ਨਾ ਸਾਹੀਵਾਲ ਕਾਲਜ ਦੇ ਪ੍ਰਿੰਸੀਪਲ ਰਹੇ ਆ ਨਸੀਮ ਸਾਹਿਬ ਅੱਲਾਹ ਤਾਲਾ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ ਅਤੇ ਆਪ ਵੀ ਮਾਸ਼ਾਅੱਲਾ ਜਿਹੜਾ ਵਾ ਨਾ ਲਾ ਪੜ੍ਹਿਆ ਹੋਇਆ ਵਾ ਇਹਨਾਂ ਨੇ ਅਤੇ ਲੇਕਿਨ ਪੜ੍ਹੇ ਲਿਖੇ ਬੰਦੇ ਆ ਅਤੇ ਜ਼ਿਮੀਂਦਾਰਾ ਪੜ੍ਹਿਆ ਲਿਖਿਆ ਬੰਦਾ ਜਦੋਂ ਜ਼ਿਮੀਂਦਾਰਾ ਕਰਦਾ ਵਾ ਫਿਰ ਤੁਹਾਨੂੰ ਫਰਕ ਦਾ ਤਾਂ ਪਤਾ ਲੱਗ ਹੀ ਜਾਂਦਾ। ਇਹ ਰਾਣਾ ਸਾਹਿਬ ਤਕਰੀਬਨ 1.5 ਤੋਂ 2 ਸਾਲ ਦੀ ਉਮਰ ਦਾ। ਅੱਛਾ, ਇਹ ਬਰਮਾ ਦਾ ਹੈ। ਅੱਛਾ, ਅਤੇ ਹੁਣ ਤਾਂ ਮੈਂ ਦੇਸੀ ਵੀ ਵਹਾਨਾ। ਅੱਛਾ, ਜਿਹਦੀ ਉਮਰ 4 ਸਾਲ ਹੈ। ਅੱਛਾ, ਇਹ ਜਿਹਨੂੰ ਹਾਈਬ੍ਰਿਡ ਕਹਿੰਦੇ ਆ, ਇਹ ਹਾਈਬ੍ਰਿਡ ਬਰਮਾ ਦਾ। ਅੱਛਾ, ਹਾਈਬ੍ਰਿਡ ਜਿਹੜਾ ਉਹਨਾਂ ਨੇ ਕਿਹਾ ਕਿ 7 ਸਾਲ ਬਾਅਦ ਪਹਿਲੀ ਕਟਾਈ ਦੇ, ਪਹਿਲੀ ਕਟਾਈ, ਲੇਕਿਨ ਮੈਨੂੰ ਲੱਗਦਾ 10-12 ਸਾਲ ਮੈਂ ਕਹਿੰਦਾ ਕਿ 10 ਸਾਲ ਬਾਅਦ ਵੀ ਦੇ ਜਾਵੇ। ਹਾਂਜੀ, ਅਤੇ ਇਹਦਾ ਅੱਛਾ 3 ਕਟਾਈਆਂ ਦੇਗਾ। 3 ਕਟਾਈਆਂ ਦੇਗਾ? ਹਾਂਜੀ, ਹਰ ਵਾਰੀ ਹਰ ਕਟਾਈ 1 ਸਾਲ ਪਹਿਲਾਂ ਹੋ ਜਾਏਗੀ। ਅੱਛਾ, ਵੈਸੇ ਅੱਜ ਕੱਲ ਕਰੰਟੇ ਦਾ ਰੇਟ ਕਿਤਨਾ ਚੱਲ ਰਿਹਾ ਮਕਾ ਫੁੱਟ ਦਾ? ਜਿਹੜਾ ਵਾ 17,000 ਸੀ ਕੋਈ ਪਿਛਲੇ ਸਾਲ, 17,000 ਮਕਾ ਫੁੱਟ ਦਾ ਮਤਲਬ ਹੁੰਦਾ ਵਾ ਵੀ ਇਧਰੋਂ ਵੀ ਫੁੱਟ ਇਧਰੋਂ, ਇਸ ਤਰ੍ਹਾਂ ਦੀ ਉਹਦਾ ਫਾਰਮੂਲਾ ਹੁੰਦਾ। ਅਗਰ ਥੱਲੇ 4 ਫੁੱਟ ਦਾ ਫੇਰ ਹੋਵੇ ਤੇ ਫਿਰ 1 ਫੁੱਟ ਜਿਹੜਾ ਨਾ ਤੁਹਾਡਾ ਪੂਰਾ 1 ਮਗਾ ਫੁੱਟ। ਅਗਰ 4 ਫੁੱਟ ਨਾਲ ਘੱਟ ਹੋਏਗਾ ਫਿਰ ਉਹਦਾ ਫਾਰਮੂਲਾ ਲਾਣਾ ਪੈਂਦਾ, ਉਹ ਘੱਟ ਜਾਂਦਾ। ਅੱਛਾ ਅੱਛਾ, ਠੀਕ ਹੈ। ਯਾਨੀ ਕਿ 4 ਫੁੱਟ ਜਿਹੜਾ ਨੀਚੋਂ ਹੋਵੇ, ਪੱਤਾ ਏਡਾ, ਪੱਤਾ ਇਹਦੇ ਖੁਰਾਕ ਲੈਂਦਾ, ਇਹਦੀ ਬੜੋਤਰੀ ਦੀ ਵਜ੍ਹਾ ਹੀ ਇਹ ਕਿ ਪੱਤਾ ਕਿੱਡਾ ਵੱਡਾ, ਕਿੰਨੀ ਖੁਰਾਕ। ਆ ਦੇਖੋ ਕਿ ਅੰਜਮ ਵਰਗੇ 2 ਮੂੰਹ ਬਲਕਿ 2 ਤੋਂ ਵੀ ਜ਼ਿਆਦਾ 4-5 ਮੂੰਹ ਜਿਹੜੇ ਇਹਨਾਂ ਲੁਕ ਸਕਦੇ ਆ। ਸੁਰਿਆ ਸਾਹਿਬ ਅੱਧੇ ਤੇ ਦੇਖੋ ਖੁਰਾਕ ਲੈਣੀ ਕਿਸੇ ਦਰਖਤ ਨੇ ਪੱਤਿਆਂ ਦੇ ਸਿਰ ਤੇ, ਤੇ ਇਹ ਪੱਤੇ ਹੀ ਮਾਸ਼ਾਅੱਲਾ ਇਹਦੇ ਜਿਹੜੇ ਆ ਨਾ। ਤੇ ਇਹ ਕਿਤਨੇ ਜੀ ਲਾਏ ਹੋਏ ਆ ਤੁਸੀਂ ਸਾਗਵਾਨ ਦੇ? ਤਕਰੀਬਨ 3 ਏਕੜ ਤੇ ਜੰਗਲ ਹੈ। ਅੱਛਾ, ਤੇ ਬਾਕੀ ਮੁਰੱਬੇ ਤੇ 4 ਚੁਫੇਰੇ ਤੇ ਵਿੱਚ ਸੜਕ ਦੇ, ਉਹ ਵੀ ਲਾਏ। ਅੱਛਾ, ਵੈਸੇ ਅਗਰ ਕਿਸੇ ਬੰਦੇ ਨੇ 1 ਏਕੜ ਚ ਲਾਣਾ ਹੋਵੇ ਜੀ, ਤੇ ਇਹਦਾ ਕੀ ਸਕੀਮ ਚ ਫਾਸਲਾ ਕਿੰਨਾ ਕਿੰਨਾ ਰੱਖਣਾ ਚਾਹੀਦਾ ਜੇ ਉਹਨੇ ਫਸਲ ਲੈਣੀ ਆ ਤੇ ਜੇ ਬਗੈਰ ਫਸਲ? ਤੁਸੀਂ ਇਹ ਵੇਖ ਰਹੇ ਹੋ ਇਹਦੇ ਫਸਲ ਲੈਣੀ ਲਈ ਇਹ ਮਤਲਬ 1.5-2 ਸਾਲ ਤੇ ਇਹ ਲਾਇਆ ਸੀ 12x8 ਤੇ। ਠੀਕ ਹੈ, 8-8 ਫੁੱਟ ਦੇ ਆਹ ਫਾਸਲਾ ਵਾ ਤੇ ਲੈਨ ਟੂ ਲੈਨ 12 ਫੁੱਟ ਉਹਦੇ ਚ ਆਰਾਮ ਨਾਲ ਫਸਲ ਆ ਜਾਂਦੀ। ਤੇ ਹੁਣ ਮੇਰਾ ਇਹ ਕਿਉਂਕਿ ਵੱਡਾ ਹੋ ਗਿਆ ਔਰ ਹੁਣ ਥੋੜਾ ਛੋੜਾ ਜ਼ਿਆਦਾ ਹੋ ਗਿਆ, ਹੁਣ ਮੇਰਾ ਇਰਾਦਾ ਕਿ ਇਹਦੇ ਚ 1 ਲੈਨ ਹੋਰ ਲਾ ਦੇ। ਲਓ ਜੀ, ਫਿਰ ਮੈਨੂੰ ਨਾ ਅੰਜਮ ਕਹਿੰਦਾ ਵਾ ਵੀ ਇਹ ਨਾ ਰਾਣਾ ਸਾਹਿਬ ਹਰ ਸ਼ਾਇਦ ਨਾ ਪੈਸੇ ਬਣਾਉਣਾ ਸ਼ੁਰੂ ਕਰ ਦਿੰਦੇ ਆ, ਬਿਲਕੁਲ ਲੋਕਾਂ ਨੂੰ ਨਾ ਜਿਹੜਾ ਦੱਸਣਾ ਤਾਂ ਪੈਂਦਾ ਵਾ। ਇਹ ਕੋਈ 450 ਪੌਦਾ ਲੱਗਦਾ ਵਾ ਇਸ ਸਕੀਮ 'ਚ 8x12 'ਚ। ਇਹ ਅੱਜ ਕੱਲ੍ਹ ਦੇ ਰੇਟ ਨਾਲ ਅਸੀਂ ਫਿਜ਼ੀਬਿਲਟੀ ਬਣਾਈ ਸੀ 7 ਸਾਲ ਬਾਅਦ ਜਾਂ 8 ਸਾਲ ਬਾਅਦ, ਇਹ 70,000 ਤੋਂ ਲੈ ਕੇ 1 ਲੱਖ ਰੁਪਏ ਤੱਕ ਪੌਦਾ ਹੋ ਸਕਦਾ। ਤੇ ਭਾਈ ਅਸੀਂ ਹੁਣ ਉਹ ਪੂਰਾ ਨਹੀਂ ਦੱਸਣਾ ਵੀ ਕਿੰਨੇ ਲੱਖ ਬਣਨਗੇ, ਵੀ ਪੌਦਾ ਇੱਕ ਜਿਹੜਾ ਨਾ 70,000 ਤੋਂ 1 ਲੱਖ ਰੁਪਏ ਦਾ ਵਾ ਤੇ 450 ਪੌਦੇ ਆ, ਇਹ ਪਲਾਟ ਵੇਚਣ ਤੋਂ ਵਾਧੂ ਹੀ ਕੰਮ ਆ। ਹਾਂਜੀ, ਇਨਸ਼ਾਅੱਲਾ ਅੱਲਾਹ ਜ਼ਿੰਦਗੀ ਕਰੇ ਲਖਣ ਵਾਲਿਆਂ ਦੀ। ਹਾਂ, ਤੇ ਉਹ ਕਹਿੰਦੇ ਨਹੀਂ ਹੈ ਜੀ ਸਹਿਜ ਪੱਕੇ ਸੋ ਮਿੱਠਾ ਹੋ। ਹਾਂਜੀ, ਉਹ ਸਬਰ ਦਾ ਫਲ ਮਿੱਠਾ। ਇੱਥੇ ਮੈਨੂੰ ਲੱਗਦਾ ਨਾ ਇਹ ਗੱਲ ਜਿਹੜੀ ਹੈ ਨਾ ਇਹ ਹਰੀੜ ਤੇ ਸਾਗਵਾਨ ਤੇ ਜਿਹੜਾ ਨਾ ਬਿਲਕੁਲ ਸਾਦਕ ਆਉਂਦੀ ਹੈ ਵੀ
ਸਬਰ ਦਾ ਫਲ ਨਾ ਮਿੱਠਾ ਆਮਲੇ ਦਾ ਵੀ ਤੁਹਾਨੂੰ ਦੱਸਿਆ ਕਮੇਟੀ ਹੈ ਇਹ ਤਾਂ ਤੁਸੀਂ ਖਰਚਾ ਕੋ ਨਹੀਂ ਕਰਨਾ ਜਦੋਂ ਜਵਾਨ ਹੋ ਗਿਆ ਨਾ ਇਹ ਹਰ ਸਾਲ ਫਸਲ ਆਪਣਾ ਫਲ ਆਪਣਾ ਲੈਣਾ ਤੇ ਬਸ ਖਰਚਾ ਗੱਲ ਕੋਈ ਨਹੀਂ ਜਿਸ ਤਰ੍ਹਾਂ ਕਹਿੰਦੇ ਚੀਨੀਆਂ ਦੀ ਹੈ ਨਾ ਕਿ ਜਦੋਂ ਕੋਈ ਨਿਆਣਾ ਪੈਦਾ ਹੁੰਦਾ ਤੇ ਉਹਦੇ ਨਾਂ ਦੇ ਉਹ 100 ਦਰਖਤ ਲਾਉਂਦੇ ਆ ਤੇ ਜੇ ਇਸ ਤਰ੍ਹਾਂ ਤੁਸੀਂ 100 ਦਰਖਤ ਹਰੀੜੀ ਆਮਲੇ ਦੇ ਲਾਤੇ ਨਾ ਤੇ ਨਿਆਣੇ ਦਾ ਜਦੋਂ ਖਰਚਾ ਵਾਹਵਾ ਸ਼ੁਰੂ ਹੋਣਾ ਨਾ ਤੇ ਉਹਨਾਂ ਨੇ ਆਪੇ ਜਿਹੜਾ ਵਾ ਨਾ ਹਿਸਾਬ ਕਿਤਾਬ ਲੱਗ ਜਾਣਾ ਤੇ ਅੱਛਾ ਰਾਜੀ ਸਾਹਿਬ ਜੇ ਫਸਲ ਨਾ ਲੈਣੀ ਹੋਵੇ ਜੀ ਤੇ ਫਿਰ ਫਿਰ ਕਿੰਨਾ ਫਾਸਲਾ ਰੱਖਣਾ ਚਾਹੀਦਾ ਵਾ ਫਿਰ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਇੱਕ ਇੱਕ ਹੋਰ ਲਾ ਰਹੇ ਹਾਂ ਉਹ ਤਕਰੀਬਨ ਹੋ ਜਾਏਗਾ 8-6 ਤੇ ਅੱਠ ਛੇ ਤੇ ਹਾਂਜੀ ਅੱਛਾ ਲਓ ਜੀ ਹੁਣ ਤਾਂ ਫਸਲਾਂ ਇੰਨੀਆਂ ਸਾਰੀਆਂ ਹੱਥ ਫੜਾ ਲਓ ਜੀ ਇੱਕ ਹੋਰ ਫਸਲ ਕਿੰਨੀ ਉਮਰ ਆ ਇਹਦੀ 3 ਸਾਲ ਹੋ ਗਈ ਅੱਛਾ 3 ਸਾਲ ਦੀ ਹੋ ਗਈ ਐਡਾ ਕੁ ਪੌਦਾ ਵੈਸੇ ਨਰਸਰੀ ਚੋਂ ਜੇ ਲਓ ਤੇ ਕਿੰਨੇ ਕੁ ਦਾ ਮਿਲਦਾ ਇਹ ਜਦੋਂ ਅਸੀਂ ਲਾਇਆ ਸੀ ਉਦੋਂ ਤੇ ਐਡਾ ਪੌਦਾ 32-33 ਹਜ਼ਾਰ ਦਾ ਸੀ ਅੱਛਾ ਤੇ ਹੁਣ ਰਹਿ ਗਿਆ 5-6 ਹਜ਼ਾਰ ਦਾ ਕਿਉਂਕਿ ਜਦੋਂ ਹੁਣ ਚਲੋ ਧੰਨਵਾਦ ਹਾਂ ਦੇਸੀ ਚਲੋ ਦੇਸੀ ਹਾਂ ਦੇਸੀ ਆਮਲੇ ਵਾਲ ਚੱਲਦੇ ਹਾਂ ਦੇਸੀ ਸਾਗਵਾਨ ਬਿਲਕੁਲ ਇਹ ਸਾਰੇ ਬਨਾਰਸੀ ਨੇ ਤੇ ਅਜੇ ਛੋਟਾ ਛੋਟਾ ਫਲ ਲੱਗ ਰਿਹਾ ਇਹ ਦਸੰਬਰ 'ਚ ਹਾਰਵੈਸਟ ਹੋਣਾ ਅੱਜ ਦਾ ਛੋਟਾ ਛੋਟਾ ਫਲ ਇਹ ਐਡਾ ਐਡਾ ਮੋਟਾ ਹੋ ਜਾਂਦਾ ਤੁਸੀਂ ਆਏ 13ਵੇਂ ਮਹੀਨੇ 'ਚ ਹੁਣ ਵਿਹਨੇ ਘਰ ਕੋਈ ਬੱਚਿਆ ਤੇ ਤੁਹਾਨੂੰ ਮੁਰੱਬਾ ਦਿਆਂਗੇ ਵੇਖਿਆ ਕੈਸਾ ਬਣਦਾ ਚਲੋ ਕੋਈ ਨਹੀਂ ਜੇ ਅਸੀਂ ਹੁਣ ਨਾ ਇਹ ਅਜੇ ਕੱਚਾ ਨਾ ਖਾਓ ਸੋਇਆ ਸਰ ਇਹਦੇ ਜਿਹੜਾ ਕਿਤੇ ਪੱਕਦਾ ਅੱਛਾ ਅੰਜਮ ਨਾ ਉਹਦੇ 'ਚ ਫਿਰ ਅੱਗੇ ਪਿੱਛੇ ਕਰ ਲਾਂਗੇ ਇੱਥੇ ਨਾ ਇਹਦੇ 'ਤੇ ਗੱਲ ਕਰ ਲੈਂਦੇ ਹਾਂ ਹੁਣ ਇੱਥੇ ਬਰਾਬਰ ਜੇ ਟਾਈਮ ਅੱਛਾ ਇਹ ਕਿਹੜੀ ਪਾਮ ਆ ਜੀ ਇਹ ਫੋਕਸਟੇਲ ਪਾਮ ਹੈ ਜੀ ਇਹ ਫੋਕਸਟੇਲ ਆ ਤੇ ਹਾਂ ਇਹਦੀ ਉਮਰ ਕਿੰਨੀ ਹੋ ਗਈ ਆ ਇਹ ਵੀ 3 ਸਾਲ ਹੀ ਸਾਰੇ ਅੱਛਾ 3 ਸਾਲ ਦੀ ਆ ਜੀ ਜੀ 3 ਸਾਲ ਤੇ ਇਹ ਪੌਦੇ ਤੋਂ ਪੌਦੇ ਦਾ ਕਿੰਨਾ ਫਾਸਲਾ ਇਹ ਰੱਖਿਆ ਸੀ 5x5 ਤੇ ਲਾਇਆ ਸੀ ਅੱਛਾ ਹਾਂਜੀ ਤੇ ਇਹ ਉਦੋਂ ਕਿੰਨੇ ਦਾ ਪੌਦਾ ਆਇਆ ਸੀ ਉਦੋਂ ਆਇਆ ਸੀ ਮੇਰੇ ਹੱਲ 55 ਰੁਪਏ ਦਾ 55 ਰੁਪਏ ਦਾ ਕਿੱਡਾ ਕਿੱਡਾ ਪੌਦਾ ਸੀ ਛੋਟਾ ਜਿਹਾ ਸੀ ਆਪਣਾ ਇੱਥੇ ਹੁਣ ਉਹਦੇ ਨਾਲ ਦਾ ਹੋਣਾ ਫੁੱਟ ਕਿਉਂ ਨਹੀਂ ਫੁੱਟ ਤੋਂ ਛੋਟਾ ਅੱਛਾ ਫੁੱਟ ਤੋਂ ਗਿੱਠ ਕੋ ਲਾ ਲਓ ਅੱਛਾ ਗਿੱਠ ਕਿਦਾ ਇੱਡਾ ਕੁ ਪੌਦਾ ਸੀ ਹਾਂਜੀ ਤੇ ਇਹ ਹੁਣ 3 ਸਾਲ ਦਾ ਹੋ ਗਿਆ ਤੇ 3 ਸਾਲ ਦਾ ਤਕਰੀਬਨ 20 ਫੁੱਟ ਤੋਂ ਤਾਂ ਉੱਪਰ ਚਲੇ ਗਏ ਆ ਜੀ 25-25 ਫੁੱਟ 25-25 ਹੁਣ ਇਸ ਟਾਈਮ ਇਹਨਾਂ ਦੀ ਕੀ ਹੈ ਸੂਰਤ ਹਾਲ ਅਗਰ ਇੰਨਾ ਪੌਦਾ ਇਹ ਨਾ ਮਾਰਕੀਟ ਵੇਰੀ ਕਰਦੀ ਹੈ ਹੁਣ ਅੱਜ ਕੱਲ੍ਹ ਅਫਗਾਨਿਸਤਾਨ ਬੰਦ ਹੋਣ ਦੀ ਵਜ੍ਹਾ ਨਾਲ ਵੀ ਇਹਦੀ ਕਾਫੀ ਕੀਮਤ ਘੱਟ ਗਈ ਵਰਨਾ ਇਹ ਜਿਹੜਾ ਨਾ ਐਡਾ ਐਡਾ ਪੌਦਾ 15,000-16,000 ਤੋਂ ਘੱਟ ਨਹੀਂ ਕੋਈ ਦਿੰਦਾ ਸੀ ਪੱਤੋ ਕੀ ਚੋਂ ਅੱਛਾ ਤੇ ਹੁਣ ਇੱਕ 2-3 ਹਜ਼ਾਰ ਇੱਥੇ ਤੱਕ ਆਰਾਮ ਨਾਲ 3 ਹਜ਼ਾਰ ਦਾ ਪੌਦਾ ਹੁਣ ਵੀ ਜਿਹੜਾ ਨਾ 56 ਰੁਪਈਏ ਦਾ 55-56 ਦਾ ਪੌਦਾ ਲਾਇਆ 3 ਸਾਲ 'ਚ 3 ਹਜ਼ਾਰ ਹਾਂ 3 ਹਜ਼ਾਰ ਦਾ ਹੋ ਗਿਆ ਲੇਕਿਨ ਇਹਦੀ ਮਾਰਕੀਟਿੰਗ ਦਾ ਹੈ ਕਿ ਇੱਕ ਖਾਸ ਬੰਦੇ ਨੇ ਜਿਹੜਾ ਲੈਂਦੇ ਹਾਂ ਹਾਂ ਨਾਲੇ ਬਾਕੀ ਰੀੜ ਆਮਲਾ ਤੇ ਫਿਰ ਹਰ ਨਾਲੇ ਜੀ ਉਹ ਦੇਖੋ ਜੀ ਉਹ ਜਿਸ ਤਰ੍ਹਾਂ ਕਹਿੰਦੇ ਨਹੀਂ ਹੈ
ਕਿ ਅਗਰ ਤੁਹਾਡੇ ਕੋਲ ਹੀਰਾ ਵਾ ਜ਼ਮੁਰਦਾ ਜਾਂ ਕੂਤਾ ਉਹਦਾ ਖਰੀਦਦਾਰ ਜਦੋਂ ਆਉਣਾ ਤੁਸੀਂ ਉਹਨੂੰ ਹੀ ਵੇਚਣਾ, ਲਾਲਾਂ ਦਾ ਜਿਹੜਾ ਵਾ ਨਾ ਮੁੱਲ ਜਵਾਰੀ ਜਿਹੜੇ ਆ ਨਾ ਉਹਨਾਂ ਨੇ ਲਾਉਣਾ ਬਿਲਕੁਲ। ਤੇ ਬਾਕੀ ਉਹ ਅਗਰ ਜੇ ਤੁਸੀਂ ਇਹਨੂੰ ਬਾਲਣ ਵਾਲੇ ਲੁਹਾਰ ਨੂੰ ਕਹੋਗੇ ਤਾਂ ਉਹਨੇ ਤੇ ਇਹਦਾ ਕੁਛ ਨਹੀਂ ਦੇਣਾ, ਕੁਛ ਨਹੀਂ ਦੇਣਾ, ਉਹਨੇ ਕਹਿਣਾ ਇਹ ਬੇਕਾਰ ਆ। ਮੈਂ ਕਹਿੰਦਾ ਕਿ ਮਾਰਕੀਟਿੰਗ ਦਾ ਪ੍ਰੋਬਲਮ ਇਸ ਸੈਂਸ ਵਿੱਚ ਕਿ ਇਹਦੇ 'ਚ 1000 'ਚੋਂ ਇੱਕ ਬੰਦਾ ਹੀ ਖਰੀਦਦਾਰ। ਹਾਂ ਲੇਕਿਨ ਇਹ ਨਾ ਦੂਸਰੀ ਫਸਲ ਇਹ ਤੇ ਮਤਲਬ ਲੇਕਿਨ ਜਦੋਂ ਇਹ ਆ ਜਦੋਂ ਇਹ ਆ ਗਿਆ ਗਾਹਕ ਇਹਦਾ, ਉਹਨੇ ਕਹਿਣਾ ਵੀ ਮੈਨੂੰ ਹੋਰ ਵੀ ਇੰਨੇ ਕੁ ਜਿਹੜਾ ਇਹਨਾਂ ਦੇ ਦਿਓ, ਉਹਨੇ ਹਜ਼ਾਰਾਂ ਦੀ ਸ਼ਕਲ 'ਚ ਹੀ ਲੈਣੇ। ਬਿਲਕੁਲ। ਅੱਛਾ ਇਹ ਜੇ 4 ਸਾਲ ਦੀ ਉਮਰ, ਹਾਂ ਇਹ ਸਾਗਵਾਨ ਜਿਹੜਾ, ਅੱਛਾ ਅੱਛਾ ਇਹ ਤੇ ਇਹ ਦੇਸੀ ਹੈ। ਹਾਂ ਇਹਦੇ ਨਾਲ ਬੂਰ ਵੀ ਲੱਗਦਾ ਮੀਂਹ ਵੀ। ਅੱਛਾ ਤੇ ਲੇਕਿਨ ਇਹ ਮੈਨੂੰ ਲੱਗਦਾ 15 ਸਾਲ ਦੇ ਉੱਤੇ ਹੀ ਲੈ ਜਾਣੇ ਮੈਨੂੰ। ਇਹ ਹਜੇ ਇੱਕ ਫੋਟੋ ਹੋਈ ਇਹਦੀ। ਅੱਛਾ ਇਹ ਕਿੰਨੀ ਉਮਰ ਹੋ ਗਈ ਇਹਦੀ? 4 ਸਾਲ। ਇਹਦੀ 4 ਸਾਲ ਹੋ ਗਈ ਤੇ ਉਹ 2 ਸਾਲ ਦਾ ਫਿਰ ਇੱਕ ਹੋਰ ਇਹਨੂੰ ਗੰਢ ਵੀ ਹੈ ਉਸਨੂੰ ਨਾ। ਹਾਂਜੀ ਹਾਂ ਉਸਨੂੰ ਹਾਂ ਇਹਦੇ 'ਚ ਵੀ ਹੈ ਨੇ ਸਾਫ ਬੂਟੇ ਉਹ ਅੱਗੇ ਤੁਹਾਨੂੰ। ਅੱਛਾ ਤੇ ਸਾਫ ਵੀ ਹੈ ਨੇ ਲੇਕਿਨ ਇਹ ਕਿ ਇੱਕ ਫੋਟੇ ਦੀ ਹੋਈ ਹੈ ਇਹ। ਉਹ 10 ਕੁ ਸਾਲ 'ਚ ਤਿਆਰ ਹੋ ਜਾਏਗਾ, ਇਹ ਤਾਂ 20-25 ਸਾਲ ਵਾਲਾ ਮਤਲਬ ਸਾਡੇ ਹਿਸਾਬ ਨਾਲ। ਹਾਂ ਬਾਕੀ ਜਿਹੜੇ ਉਹ ਕਹਿੰਦੇ ਤਾਂ ਇਹੀ ਹੈ ਵੀ 12 ਸਾਲ ਦੇ ਹਿਸਾਬ ਨਾਲ ਉਹ 7 ਸਾਲ ਬਾਅਦ ਤੇ ਇਹ ਜਿਹੜੇ ਨੇ 12-13 ਸਾਲ ਬਾਅਦ। ਹਾਂਜੀ ਲੇਕਿਨ ਇਹ ਇੰਨਾ ਮਹਿੰਗਾ ਪੌਦਾ ਵਾ ਨਾ। ਲੇਕਿਨ ਰਾਣਾ ਸਾਹਿਬ ਮੈਂ ਜਿਹੜਾ ਵੇਖੀ ਨਾ ਗਰੋਥ ਇਹਦੀ, ਮੈਨੂੰ ਲੱਗਦਾ ਕਿ 7-8 ਸਾਲ ਵੀ ਸ਼ਾਇਦ ਬਣ ਹੀ ਜਾਵੇ ਸ਼ਾਇਦ। ਦੇਖੋ ਜੀ ਨਾਲੇ ਇੱਕ ਹੋਰ ਆ, ਪੌਦਾ ਜਦੋਂ ਇਹ ਚਲਾ ਜਾਂਦਾ ਨਾ ਐਸ ਕੇ ਲੈਵਲ ਤੇ ਜੀ, ਉਸ ਤੋਂ ਬਾਅਦ ਤੇਜ਼ੀ ਨਾਲ। ਹਾਂਜੀ ਫਿਰ ਜਿਹੜਾ ਡਿਵੈਲਪ ਹੋ ਜਾਂਦੀਆਂ ਨੇ। ਹਾਂ ਦੇਖੋ ਜੀ 1.5 ਸਾਲ ਕਿਹੜਾ ਅਰਸਾ ਵਾ, 1.5 ਸਾਲ 'ਚ ਤਾਂ ਕਈ ਵਾਰੀ ਪੌਦਾ ਟੁੱਟਦਾ ਹੀ ਨਹੀਂ ਹੈ। ਇਹ ਸਾਰੇ ਇਹਨਾਂ ਦੀ ਮੈਂ ਪਹਿਲਾਂ 4 ਸਾਲ ਪਹਿਲਾਂ ਕੋਈ 35 ਕੁ ਬੂਟੇ ਲੈ ਕੇ ਨਾ ਤਜਰਬਾ ਕੀਤਾ ਕਿੱਥੇ ਹੁੰਦਾ ਕਿ ਨਹੀਂ। ਦੇਸੀ ਸਾਣੇ। ਅੱਛਾ ਜਦੋਂ ਵੇਖਿਆ ਹੁੰਦਾ ਤਾਂ ਫਿਰ ਮੈਂ ਫਿਰ ਇਹ ਦੇਸੀ ਕਿੰਨੇ ਦਾ ਮਿਲਿਆ ਸੀ ਪੌਦਾ? ਇਹ ਵੀ ਉਦੋਂ ਉਹਨੇ ਦੇ 500 ਦਾ 500 ਦਾ ਸੀ ਅਤੇ ਹੁਣ ਹਾਈਬ੍ਰਿਡ ਵੀ ਜਿਹੜਾ ਵਾ ਨਾ। ਹਾਂਜੀ ਉਨੀ ਕੁ ਦਾ ਹੀ ਆ ਇਹ ਸਾਰੀ ਲਾਈਨ ਜਿਹੜੇ। ਠੀਕ ਹੈ ਜੀ ਇਹ ਇਹ ਸਾਗਵਾਨ ਦੀ ਤਾਂ। ਅੱਛਾ ਰਜੀ ਸਾਹਿਬ ਇਹਨੂੰ ਕੋਈ ਸੁਰਾਖ ਆ ਪੱਤਿਆਂ ਨੂੰ ਕੁਛ? ਇਹ ਤਾਂ ਨਾ ਉਹ ਸੁੰਡੀ ਆਉਂਦੀ ਸੁੰਡੀ ਖਾਂਦੀ ਹੈ। ਅੱਛਾ ਲੇਕਿਨ ਉਹ ਇੰਨਾ ਕੁ ਹੁੰਦਾ ਕਿ ਇਹਦਾ ਕੋਈ ਫਰਕ ਨਹੀਂ ਪੈਂਦਾ, ਮਤਲਬ ਖਾ ਵੀ ਜਾਏ ਤਾਂ ਉਹ ਆਪਣੀ ਗਰੋਥ ਨਹੀਂ ਰਹਿੰਦਾ। ਅੱਛਾ ਇਹ ਇੱਕ ਫਸਲ ਜੇ ਲਾਈ ਉਹਦੇ ਨਾਲ ਕੋਈ ਸਪਰੇਅ ਨੂੰ ਵੀ ਮਾਰ ਦੇ। ਠੀਕ ਹੈ ਤੇ ਉਹ ਕਵਰ ਹੋ ਜਾਂਦਾ। ਇਹ ਤਾਂ ਡਿੱਗ ਪੈਣਾ ਪੱਤੇ ਸਾਰੇ ਡਿੱਗ ਪੈਣੇ ਨਵੇਂ ਨਿਕਲਣੇ। ਆ ਹੁਣ ਅਸੀਂ ਆ ਗਏ ਇੱਥੇ ਕੰਗੀ ਪਾਮ। ਹਾਂਜੀ ਇੱਥੇ ਕੰਗੀ ਪਾਮ। ਹਾਂ ਇਹ ਵੀ ਤਕਰੀਬਨ 300-400 ਪੌਦਾ ਅੱਗੇ ਤੋੜ ਇੱਥੇ ਕੰਗੀ ਕਾਮ। ਕਿਸੇ ਦੌਰ ਤਾਂ ਕੰਘੀ ਪਾਮ ਬੜੀ ਮਹਿੰਗੀ ਹੁੰਦੀ ਸੀ। ਹਾਂਜੀ ਅਸਲ 'ਚ ਲਾਇਆ ਸੀ ਬਾਗ ਦੇ ਕਿ ਇਹਦੇ ਪੱਤੇ ਵੇਖਦੇ ਸਨ। ਫਨੈਕਸ ਪਾਮ ਅਤੇ ਕੰਘੀ ਪਾਮ ਇਸ ਨਜ਼ਰੀਏ ਨਾਲ ਲਾਇਆ ਸੀ ਕਿ ਇਹਦੇ ਪੱਤੇ ਵੇਚਾਂਗੇ, ਲੇਕਿਨ ਉਹ ਮਾਰਕੀਟ ਐਸੀ ਪਲਟਾ ਖਾਧੀ ਕਿ ਹੁਣ ਪੱਤੇ ਤਾਂ ਵੇਖਦੇ ਨਹੀਂ। ਠੀਕ ਹੈ ਅਤੇ ਇਸ ਵਾਸਤੇ ਨਾ ਇਹਨੂੰ ਹੁਣ ਐਜ਼ ਏ ਪਲਾਂਟ ਹੀ ਵੇਚਾਂਗੇ। ਅੱਛਾ ਅਤੇ ਵਰਨਾ ਪੱਤੇ ਵੇਖਦੇ ਰਹਿੰਦੇ ਫਿਰ ਇਹਦੀ ਗਰੋਥ ਵੀ ਹੁੰਦੀ ਹੈ। ਇਹਦੀ ਉਮਰ ਕਿੰਨੀ ਹੋ ਗਈ ਆ? ਇਹ ਤਕਰੀਬਨ 2 ਸਾਲ ਬਾਅਦ। 2 ਸਾਲ ਦਾ ਵਾ ਇਹ ਹੁਣ ਇੰਨਾ ਕੁ ਪੌਦਾ ਕਿੰਨੇ ਕੁ ਦਾ ਹੋਣਾ? ਇਹ ਤਾਂ ਕਾਫੀ ਘੱਟ ਗਿਆ ਰੇਟ ਜਿਹੜਾ ਨਾ। ਹਾਂਜੀ ਇਹ ਹੁਣ 1000 ਤੱਕ ਹੀ ਜਾ ਰਿਹਾ ਹੈ। 1000-1200 ਪਹਿਲੋਂ ਕਿਸੇ ਦੌਰ 'ਚ 5000 ਦਾ ਪੌਦਾ ਐਡਾ ਕਿਹਾ, ਉਹ ਤੇ ਇੱਕ ਪੱਤੇ ਦੇ 100 ਰੁਪਈਆ ਲੈਂਦੇ ਸੀ। ਉਹ ਨਵੀਂ ਹੁਣ ਫੋਰਟ ਸ਼ੁਰੂ ਕਰਤੀ ਨਾ। ਅੱਛਾ ਇਹ ਕੰਗੀ ਪਾਮ ਵੀ ਹੋ ਗਈ ਤੇ ਫੌਕਸ ਟੇਲ ਵੀ ਹੋ ਗਈ ਜੀ, ਤੇ ਉਹ ਬਲੈਕ ਓਪਨ ਏਸ਼ੀਆ ਇੱਕ ਹੋਰ ਮੇਰੇ ਖਿਆਲ ਪਾਮ ਹੈ, ਹੋਰ ਤਾਂ ਨਹੀਂ। ਫਨੈਕਸ ਹੈ ਉਹ ਇੱਕ ਲੱਗਿਆ ਵਿੱਚ ਫੌਕਸ ਟੇਲ ਦੇ ਨਾ ਫਨੈਕਸ ਲੱਗਿਆ। ਚਲੋ ਉਹ ਸਸਤਾ ਪੌਦਾ 500 ਦਾ 4-5 ਸੌ। ਚਲੋ ਉਹ ਵੀ ਦਿਖਾ ਦਿੰਦੇ ਹਾਂ ਜੀ ਕਿਸੇ ਭਾਈ ਨੂੰ, ਉਹ ਵੀ ਜਿਹੜਾ ਵਾ ਨਾ ਲਗਾਉਣੇ ਦਾ ਸ਼ੌਕ ਹੋਵੇ। ਹਾਂ ਨਹੀਂ ਉਹ ਮੈਂ ਰਿਕਮੈਂਡ ਤਾਂ ਨਹੀਂ ਕਰਾਂਗਾ। ਨਹੀਂ ਨਹੀਂ ਉਹ ਨਾ ਵਿਖਾਓ। ਚਲੋ ਠੀਕ ਹੈ ਉਹ ਕਿਉਂਕਿ 50-60 ਦਾ ਲੈ ਕੇ ਤੇ ਫਿਰ 3 ਸਾਲ ਬਾਅਦ ਉਹਨੂੰ 300 ਦਾ ਹੀ ਵੇਚਣਾ ਤੇ ਉਹਦਾ ਨਹੀਂ। ਠੀਕ ਹੈ ਤੁਹਾਡੀ ਗੱਲ ਅੱਜ ਬੰਦ ਕਰ ਲਓ। ਆ ਜਾਓ ਤੁਹਾਨੂੰ ਨਾ ਕੋਈ ਨਵੀਂ ਸ਼ਾਇਦ ਦਿਖਾਉਂਦੇ ਹਾਂ। ਅਤੇ ਇਹ ਰਜ਼ੀ ਸਾਹਿਬ ਕੀ ਹੈ? ਇਹ ਹਰੀੜ ਦਾ ਜਿਹੜਾ ਹੁਣ ਫਲ ਤੋੜ ਰਿਹਾ ਨਾ। ਅੱਛਾ ਇਹ ਉਹਦਾ ਨਵਾਂ ਫਲ ਹੈ, ਬੂਰ ਹੈ।
ਅੱਛਾ ਇਹ ਹੁਣ ਸਾਰੀ ਹਰੀੜ ਬਣੇਗੀ ਠੀਕ ਹੈ ਇਹ 12ਵੇਂ ਮਹੀਨੇ ਹਾਰਵੈਸਟ ਹੋਏਗੀ ਦਸੰਬਰ 'ਚ ਯਾਨੀ ਉਦੋਂ ਇਹ ਸ਼ਾਇਦ 20,000 ਤੋਂ ਵੀ ਉੱਤੇ ਵਿਕੇ ਓਹੋ ਯਾਨੀ ਕਿ ਇਹ ਅਕਤੂਬਰ ਨਵੰਬਰ ਅਤੇ ਦਸੰਬਰ ਹੈ ਨੰਬਰ ਇਹ 4 ਮਹੀਨੇ 'ਚ ਇਹ ਪਹਿਲਾ ਫਲ ਜਿਹੜਾ ਇਹਨਾਂ ਦਿਨਾਂ 'ਚ ਹਾਰਵੈਸਟ ਹੋ ਜਾਂਦਾ ਵਾ ਅਤੇ ਨਾਲ ਹੀ ਜਿਹੜਾ ਨਵਾਂ ਆਉਣਾ ਸ਼ੁਰੂ ਹੋ ਜਾਂਦਾ ਜਲਦੀ ਤਿਆਰ ਹੁੰਦਾ ਉਹਦੇ ਨਾਲ ਅਗਰ ਉਹ 4 ਮਹੀਨੇ ਲੈਂਦਾ ਇਹ 3 ਮਹੀਨੇ ਔਰ ਨਾਲੇ ਮਹਿੰਗਾ ਵੀ ਹੁੰਦਾ ਵਾ ਲੇਕਿਨ ਇਹਦੀ ਪੈਦਾਵਾਰ ਫਿਰ ਥੋੜ੍ਹੀ ਹੁੰਦੀ ਹੈ ਠੀਕ ਚਲੋ ਅੱਛਾ ਰਜ਼ੀ ਸਾਹਿਬ ਇੱਕ ਹੋਰ ਫਸਲ ਆ ਜਿਹੜੀ ਹੈ ਨਾ ਨਜ਼ਰ ਆਈ ਆ ਮੈਨੂੰ ਤਾਂ ਹੈ ਪਤਾ ਕਿਉਂਕਿ ਫੁੱਲਾਂ ਵਾਲੀ ਕਾਸ਼ਤ ਕਰਕੇ ਪਰ ਕਾਫੀ ਸਾਰੇ ਬੰਦਿਆਂ ਲਈ ਨਾ ਇਹ ਵੀ ਦੇਖਣ ਵਾਲੀ ਚੀਜ਼ ਹੈ ਆ ਤੇ ਮਰਵਾ ਲਗਾਇਆ ਵਾ ਹਾਂਜੀ ਇਹ ਮਰਵਾ ਅੱਛਾ ਇਹਨੂੰ ਕਿੰਨਾ ਕਰਸਾ ਹੋ ਗਿਆ ਮਰਵਾ ਨੂੰ ਇਹਨੂੰ ਦੂਸਰਾ ਸਾਲ ਅੱਛਾ ਦੂਸਰਾ ਸਾਲ ਆ ਜੀ ਤੇ ਇਹ ਕਿੱਥੇ ਵਿਕਦਾ ਜੀ ਇਹ ਪੱਤੋ ਕੀ ਵਿਕਦਾ ਸਾਡੇ ਸਾਹੀਵਾਲ ਵੀ ਲੈ ਜਾਂਦੇ ਨੇ ਲਾਹੌਰ ਵੀ ਵੇਖਦਾ ਜਿੱਥੇ ਮਰਜ਼ੀ ਫੁੱਲਾਂ ਵਾਲੀ ਮੰਡੀ ਸਾਰੇ ਬਲਕਿ ਫੁੱਲਾਂ ਜ਼ਿਆਦਾ ਇਹਦੀ ਡਿਮਾਂਡ ਹੈ ਫੁੱਲ ਤੋਂ ਜ਼ਿਆਦਾ ਡਿਮਾਂਡ ਇਹਦੀ ਆ ਅਤੇ ਇਹ ਹੱਥ ਨਾਲ ਦੱਸ ਦਿੰਦੇ ਆ ਵੀ ਰਜ਼ੀ ਸਾਹਿਬ ਐਡਾ ਕੁ ਯਾਨੀ ਕਿ ਜਿਹੜਾ ਵਾ ਨਾ ਮਤਲਬ ਤੁਸੀਂ ਸਮਝੋ ਇਹ ਜਿਹੜਾ ਪੌਦਾ ਹੈ ਨਾ ਹਾਂ ਇਹ 200 ਦਾ ਵਿਕ ਜਾਂਦਾ ਇਹ ਪੂਰੇ ਪੌਦੇ ਦੀ ਯਾਨੀ ਕਿ ਸ਼ਾਖਾਂ ਅਗਰ ਇਹਦੇ 200 ਰੁਪਏ ਦੀਆਂ ਅਤੇ ਇਹ ਕਾਫੀ ਸਾਰੇ ਪੌਦੇ ਜਿਹੜੇ ਦੋ ਤੋਂ ਤਿੰਨ ਕਟਿੰਗ ਵੀ ਦੇ ਜਾਂਦੇ ਕਟਿੰਗਾਂ ਜਿਹੜੀਆਂ ਯਾਨੀ ਕਿ 500-600 ਰੁਪਈਏ ਇੱਕ ਪੌਦੇ ਤੋਂ ਆ ਸਕਦਾ ਵਾ ਮਤਲਬ ਇਹ ਵੀ ਇਹਦੇ 'ਚ ਵੀ ਇੱਕ ਖਰਚਾ ਕੋਈ ਨਹੀਂ ਪਹਿਲੇ ਲਾਉਣ ਦਾ ਜਿਹੜਾ ਹੈ ਹਾਂ ਨਾਲੇ ਵਾੜ ਵੀ ਵਾੜ ਆ ਹਾਂਜੀ ਜਾਂ ਇੱਕ ਦੋ ਗੋਡੀ ਕਰਨੀ ਬਸ ਅਤੇ ਇਹ ਇਹ ਵੀ ਮਤਲਬ ਅਤੇ ਨਾਲੇ ਵੈਸੇ ਵੀ ਪਰਲੇ ਪਾਸੇ ਖਾਲਾ ਸੀ ਹਾਂਜੀ ਹਾਂਜੀ ਅਤੇ ਇਹ ਬੜੀ ਅੱਛੀ ਹੈ ਨਹੀਂ ਕਿ ਜਿਹੜਾ ਵਾ ਨਾ ਉਹ ਯੂਜ਼ ਅੱਛਾ ਹੋ ਗਿਆ ਜ਼ਮੀਨ ਦਾ ਅਤੇ ਉੱਧਰ ਸੜਕ ਦੇ ਨਾਲ ਵੀ ਲਾਏ ਨੇ ਨਹੀਂ ਜੀ ਰਜ਼ੀ ਸਾਹਿਬ ਜਗ੍ਹਾ ਤਾਂ ਤੁਸੀਂ ਕੋਈ ਨਹੀਂ ਛੱਡੀ ਹੈ ਖਾਲੀ ਹੁਣ ਤਾਂ ਇਹ ਆ ਵੀ ਕੁਛ ਕੋਠੇ ਪਾਰ ਲਿਆ ਉਹਨਾਂ ਦੀ ਛੱਤਾਂ 'ਤੇ ਕੋਈ ਸ਼ਾਇਦ ਲਾਉਣੇ ਵਾਲੀ ਗੱਲ ਆ ਬਾਕੀ ਜ਼ਮੀਨ ਤਾਂ ਜਿਹੜੀ ਹੈ ਨਾ ਉਹ ਸਾਰੀ ਦੀ ਸਾਰੀ ਬਹਿ ਕੇ ਨਾਲੇ ਗੱਲ ਕਰਦੇ ਹਾਂ ਰਜ਼ੀ ਸਾਹਿਬ ਨਾਲ ਰਜ਼ੀ ਸਾਹਿਬ ਨੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਲਾਈਆਂ ਹੋਈਆਂ ਇਹ ਤਾਂ ਅਸੀਂ ਸਿਰਫ ਉਹ ਚੀਜ਼ਾਂ ਸਾਨੂੰ ਦਿਖਾ ਰਹੇ ਸੀ ਕਿ ਜਿਹੜੀਆਂ ਬਹੁਤ ਨਾਯਾਬ ਕਿਸਮ ਦੀਆਂ ਵਾ ਬਹੁਤ ਘੱਟ ਘੱਟ ਹੈ ਹਾਂਜੀ ਇਨਸ਼ਾ ਅੱਲਾ ਐਵੋਕਾਡੋ ਕੋਈ ਉਹ ਫਿਰ ਤੁਸੀਂ ਦੱਸਿਆ ਸੀ ਤੁਸੀਂ ਲਵਾ ਦਿਓ ਉਹ ਵੀ ਲਾ ਕੇ ਵੇਖ ਹਾਂ ਨਹੀਂ ਜੀ ਹੁਣ ਡਰੈਗਨ ਫਰੂਟ ਐਵੋਕਾਡੋ ਜਦੋਂ ਨੈਕਸਟ ਪੀਕਾ ਨਾਟਕ ਆਇਆ ਉਹ ਵੀ ਲਾਉਣ ਲੱਗੇ ਇਨਸ਼ਾ ਅੱਲਾ ਇੱਕ ਨੈਕਟਰੀਨ ਹੈ ਉਹ ਨੈਕਟਰੀਨ ਬਿਲਕੁਲ ਨੈਕਟਰੀਨ ਇੱਕ ਨਵਾਂ ਫਲ ਆ ਜਿਹੜਾ ਕਿ ਉਹ ਵੀ ਲਾਉਣਾ ਹੈ ਆੜੂ ਦਾ ਤੇ ਉਸ ਦਾ ਕੰਬੀਨੇਸ਼ਨ ਹੈ ਆ ਮੈਂ ਵੈਸੇ ਇੱਕ ਪੌਦੇ ਤੇ ਕੀਤਾ ਇੱਕ ਆੜੂ ਦੇ ਪੌਦੇ ਦੇ ਨਾ ਆਲੂ ਬੁਖਾਰਾ ਆਲੂ ਬੁਖਾਰਾ ਹਾਂ ਨੈਕਟਰੀਨ ਬੁਨਿਆਦੀ ਤੌਰ ਤੇ ਉਹੀ ਆ ਉਹ ਆਲੂ ਬੁਖਾਰਾ ਲੈਦਾ ਹੋ ਪਿਆ ਤੇ ਉਹ ਆੜੂ ਲੈਦਾ ਹੁਣ ਫਲ ਲੱਗੇਗਾ ਫਿਰ ਇਨਸ਼ਾਅੱਲਾ ਵੇਖ ਪਤਾ ਲੱਗੇਗਾ ਕੀ ਬਣਦਾ ਕਿ ਆਪਣਾ ਦੇਸੀ ਨੈਕਟਰੀਨ ਕਿਆ ਬਣਦਾ ਵਾ ਤਾਂ ਤੁਸੀਂ ਬੈਠੋ ਆ ਜਾਓ ਹਰੀੜ ਲਗਾਈ ਆ ਜੀ ਤੇ ਦੂਸਰਾ ਹੈ ਕੋਈ ਨਹੀਂ ਆਮਲਾ ਹੈ ਆ ਜੀ ਤੇ ਸਾਗਵਾਨ ਆ ਜੀ ਤੇ ਪਾਮ ਦੀਆਂ ਕੁਛ ਵਰਾਇਟੀਆਂ ਜਿਹੜੀਆਂ ਵਾ ਨਾ ਜੀ ਜੀ ਇਹ ਆ ਤੇ ਇਸ ਤੋਂ ਇਲਾਵਾ ਜਿਹੜਾ ਵਾ ਨਾ ਹੋਰ ਤੁਸੀਂ ਇੱਥੇ ਕਿਆ ਕੁਛ ਕਾਸ਼ਤ ਕੀਤਾ ਹੋਇਆ ਵਾ ਮੇਰੇ ਕੋਲ ਚਾਈਨਾ ਦਾ ਨਿੰਬੂ ਹੈ ਅੱਛਾ ਜੀ ਉਹ ਵੀ ਖਾਸ ਵਰਾਇਟੀ ਹੈ ਜਿਹੜਾ 12 ਮਾਸੇ ਨੂੰ ਆਉਂਦੇ ਨੇ ਉਹ ਦੇਸੀ ਨਾਲ ਵੱਡਾ ਹੋ ਜਾਂਦਾ ਅੱਛਾ ਤੇ ਕੁਛ ਮੈਂ ਲਾਇਆ ਹੁਣ ਸਦਾ ਬਹਾਰ ਹੁਣ ਕਹਿੰਦੇ ਦੇਸੀ ਦੀ ਕਿਸਮ ਹੈ ਲੱਗਦੀ ਚਾਈਨਾ ਤਰ੍ਹਾਂ ਅੱਛਾ ਹੈ ਦੇਸੀ ਉਹ ਵੀ ਹੁਣ ਕੋਈ 250 ਪੌਦਾ ਲਾਇਆ ਲੇਕਿਨ ਅਜੇ ਫਰੂਟਿੰਗ 'ਤੇ ਨਹੀਂ ਹੈ 3-4 ਪੁਰਾਣੇ ਬੂਟੇ ਉਹ ਫਰੂਟਿੰਗ 'ਤੇ ਨੇ ਉਹਦੀ ਸਕੰਜੀ ਵਗੈਰਾ ਪੀ ਵੀ ਦੀ ਠੀਕ ਅਤੇ ਉਸ ਤੋਂ ਇਲਾਵਾ ਜਿਹੜਾ ਹੁਣ ਮਿੱਠਾ ਵੀ ਲਾਇਆ ਉਹ ਅਜੇ ਛੋਟਾ
ਫਿਰ ਤੁਸੀਂ ਆੜੂ ਵੀ ਲਗਾਏ ਆ ਜੀ? ਆੜੂ ਵੀ ਹੈ। ਆੜੂ ਦੀ ਕਿਹੜੀ ਕਿਹੜੀ ਵੈਰਾਈਟੀ ਲਗਾਈ ਆ? ਫਲੋਰੈਡਾ ਕਿੰਗ ਤੇ ਅਰਲੀ ਗਰਾਊਂਡ, ਜ਼ਿਆਦਾ ਫਲੋਰੈਡਾ ਕਿੰਗ। ਮਜ਼ੇਦਾਰ ਫਲੋਰੈਡਾ ਕਿੰਗ ਦਾ ਤੁਸੀਂ ਦੱਸ ਰਹੇ ਸੀ ਕਿ ਟੇਸਟ ਬੜਾ ਚੰਗਾ ਹੁੰਦਾ ਵਾ। ਬਹੁਤ ਹੀ ਨਾਯਾਬ ਟੇਸਟ, ਉਹ ਮੈਂ ਕਦੀ ਨਹੀਂ ਖਾਧਾ, ਸਵਾਦ ਵਾਲੇ 'ਚ ਵੀ ਨਹੀਂ ਇੰਨਾ ਬਣਦਾ। ਦੂਸਰਾ ਰਾਣਾ ਸਾਹਿਬ, ਇਹਦੀ ਇਹ ਮੈਂ ਆਪਣਾ ਪ੍ਰੈਕਟੀਕਲ ਕੀਤਾ ਪਿਛਲੇ ਸਾਲ ਕਿ ਜਿਹੜਾ ਪੌਦੇ ਤੋਂ ਤੋੜ ਕੇ ਖਾਣਾ ਨਾ, ਉਸ ਜਿਹਾ ਜ਼ਾਇਕਾ ਬਣਦਾ ਹੀ ਨਹੀਂ। ਮਤਲਬ ਇੱਕ ਦਿਨ ਰਹਿ ਜਾਣਾ ਤਾਂ ਉਹ ਜ਼ਾਇਕਾ ਰਹਿੰਦਾ ਹੀ ਨਹੀਂ। ਇਹ ਤਾਂ ਮੈਂ ਲੁਕਾਟ ਅਤੇ ਮਰੂਦ ਵਗੈਰਾ ਦੋ ਚਾਰ ਹੋਰ ਪੌਦਿਆਂ 'ਤੇ ਵੀ ਦੇਖਿਆ। ਆਹ ਲੁਕਾਟ ਜਿਹੜੀ ਹੈ ਨਾ, ਜਿਹੜਾ ਬੰਦਾ ਦਰਖਤ ਤੋਂ ਲੁਕਾਟ ਖਾ ਲੈਂਦਾ ਨਾ, ਉਹਨੂੰ ਬਾਅਦ 'ਚੋਂ ਕਦੇ ਪੇਟੀ ਵਾਲੀ ਲੁਕਾਟ ਨਹੀਂ ਚੰਗੀ ਲੱਗਦੀ। ਫਲੋਰੈਡਾ ਕਿੰਗ ਦਾ ਇਹ ਹੈ ਖਾਸੀਅਤ ਕਿ ਇਹ ਮਤਲਬ ਬਾਅਦ 'ਚੋਂ ਵੀ ਠੀਕ ਰਹਿੰਦਾ, ਲੇਕਿਨ ਉਹ ਜ਼ਾਇਕਾ ਜਿਹੜਾ ਨਾ ਬੂਟੇ ਤੋਂ ਆਉਣਾ, ਉਹ ਨਹੀਂ ਲੱਭਦਾ। ਨਹੀਂ ਜੀ, ਉਹ ਦੇਖੋ ਜੀ, ਤਾਜ਼ਾ ਜਿਹੜਾ, ਜੇ ਤੁਸੀਂ ਛੱਲੀ ਦੇਖ ਲਓ ਨਾ, ਜਿਹੜੀ ਉਸੇ ਦਿਨ ਹੀ ਛੱਲੀ ਭੁੰਨੀ ਜਾਂਦੀ ਆ, ਉਹ ਛੱਲੀ ਦਾ ਟੇਸਟ ਹੋਰ ਆ। ਮਰੂਦ ਜਿਹੜਾ ਵਾ, ਉਹ ਪਹਿਲੇ ਦਿਨ ਉਦੋਂ ਦੋ ਚਾਰ ਘੰਟੇ 'ਚ ਉਹਦਾ ਟੇਸਟ ਹੋਰ ਆ, ਬਾਅਦ 'ਚ ਅਗਲੇ ਦਿਨ ਖਾਧਾ ਜਾਏ ਤਾਂ ਉਸਦਾ ਟੇਸਟ ਹੋਰ ਆ। ਹਾਂਜੀ ਬਿਲਕੁਲ, ਇਹ ਵੀ ਬੜਾ ਖੂਬਸੂਰਤ ਆੜੂ ਹੈ, ਤੁਹਾਨੂੰ ਮੈਂ ਵੀਡੀਓ ਵੀ ਦੇਵਾਂਗੇ। ਅੱਛਾ, ਤੁਸੀਂ ਹੁਣ ਕੀ, ਯਾਨੀ ਕਿ ਆਪਣੇ ਕਿਸਾਨ ਭਾਈਆਂ ਨੂੰ ਨਾ ਕੀ ਦਿਓਗੇ ਕਿ ਹੁਣ ਤੁਸੀਂ ਤਾਂ ਮਾਸ਼ਾਅੱਲਾ ਜਿਹੜਾ ਵਾ ਨਾ 20-25 ਸਾਲ ਤੋਂ ਇਸੇ ਸਿਲਸਿਲੇ 'ਚ ਹੈ ਆ, ਵੀ ਕਿਆ ਕਰਨਾ ਚਾਹੀਦਾ ਵਾ ਉਹਨਾਂ ਨੂੰ? ਕਿਸਾਨ ਭਾਈਆਂ ਵਾਸਤੇ ਬਿਹਤਰ ਅਤੇ ਸਾਰੇ ਨਾਲ ਇਹ ਵੇ ਕਿ ਤੁਸੀਂ ਹਰੀੜ ਲਾਓ ਔਰ ਲਾਓ ਉਹਨੂੰ 40-50 ਫੁੱਟ ਦੇ ਫਾਸਲੇ 'ਤੇ। ਠੀਕ ਹੈ, ਠੀਕ ਹੈ। ਉਹਨੂੰ ਕਮੇਟੀ ਰਹਿਣ ਦਿਓ, ਵਿੱਚ ਫਸਲਾਂ ਲਵੋ ਆਪਣੀਆਂ, ਜੋ ਵੀ ਫਸਲ ਲਾਉਣੀ ਉਹ ਲਾਓ। ਉਹ 8-9 ਸਾਲ ਬਾਅਦ ਉਹ ਜਦੋਂ ਜੁੜਨਾ ਸ਼ੁਰੂ, ਫਿਰ ਉਹ ਤੁਹਾਨੂੰ ਬੈਠੇ ਬਿਠਾਈ ਦੇਣਾ ਉਹਨਾਂ, ਠੀਕ ਠਾਕ ਪ੍ਰੋਫਿਟੇਬਲ ਕੰਮ ਜਿਹੜਾ। ਜਿੱਦਾਂ ਔਲਾਦ ਨਹੀਂ, ਮਾਂ ਪਿਓ ਨੂੰ ਪਾਲਦੀ ਬਾਅਦ 'ਚ, ਇੱਦਾਂ ਬਾਗ ਬੰਦੇ ਨੂੰ। ਅੱਛਾ, ਅਸੀਂ ਅਸੀਂ ਕਈ ਪਾਸੇ ਤਾਂ ਅਸੀਂ ਬੜੀ ਮਨਸੂਬਾਬੰਦੀਆਂ ਕੱਢਦੇ ਹਾਂ। ਅਸੀਂ ਨਿਆਣਾ ਜਿਹੜਾ ਵਾ ਨਾ, ਉਹ ਦੇਖੋ ਉਸਦੀ ਅਸੀਂ 22-25 ਸਾਲ ਦੀ ਮਨਸੂਬਾਬੰਦੀ ਕਰਦੇ ਹਾਂ ਵੀ 16 ਸਾਲ ਇਹਨੂੰ ਪੜ੍ਹਾਉਣਾ ਵਾ, 6 ਸਾਲ ਦਾ ਵੱਡਾ ਹੋਏਗਾ 22-25। ਲੇਕਿਨ ਜਦੋਂ ਦਰਖਤਾਂ ਦੀ ਗੱਲ ਆ ਜਾਂਦੀ ਨਾ 5-6 ਸਾਲ ਵਾਲੀ, ਉਹ ਕਹਿੰਦੇ ਇੰਨਾ ਲੰਮਾ ਕੌਣ ਚੱਲੇ। ਹਾਲੇ ਕਿ ਨਿਆਣਾ ਵੀ 5 ਸਾਲ ਦਾ ਡਾਕਟਰ ਨਹੀਂ ਬਣਦਾ। ਹਾਲੇ 5-6 ਸਾਲ ਪਤਾ ਕੋਈ ਨਹੀਂ ਲੱਗਦਾ ਦਰਖਤ ਦਾ ਵੀ। ਮੈਂ ਕਿੱਕਰ ਵੀ ਲਾਏ ਸਨ, ਉਹ ਐਵੇਂ ਸ਼ੌਕੀਏ ਲਾਏ ਸਨ ਤੇ ਉਹ ਚੰਗੇ ਭਲੇ ਮਹਿੰਗੇ ਵੇਚ ਗਏ ਨੇ, ਉਹ 5-7 ਸਾਲ ਬਾਅਦ ਹੀ ਚੰਗੇ ਭਲੇ ਹੋ ਗਏ। ਅੱਛਾ, ਮਤਲਬ ਸਾਲਾਂ ਲੰਘਦਾ ਪਤਾ ਹੀ ਨਹੀਂ ਲੱਗਦਾ। ਹਾਂ, ਤੁਸੀਂ ਗੱਲ ਸੁਣਾਈ ਸੀ ਕਿ ਜਦੋਂ ਤੁਸੀਂ ਅੰਬ ਦਾ ਬਾਗ ਪੱਟਿਆ ਜੀ, ਤੇ ਉਹ ਤਕਰੀਬਨ ਜ਼ਮੀਨ ਦੀ ਕੀਮਤ ਦੇ ਬਰਾਬਰ ਬਰਾਬਰ ਜੇ ਤੇ ਲੱਕੜੀ, ਯਾਨੀ ਕਿ ਜਿਹੜਾ ਵਾ ਨਾ ਉਹਦੀ, ਮੈਂ ਤੁਹਾਨੂੰ ਦੱਸਿਆ 18 ਕਿੱਲੇ ਲੈ ਲਈ, ਫਿਰ 29 ਕਿੱਲੇ ਹੋ ਗਈ ਉਸੇ ਕੀਮਤ ਤੇ ਲੱਕੜੀ ਦੀ ਕੀਮਤ। ਕਿੰਨੇ ਕਿੱਲੇ ਦਾ ਬਾਗ ਸੀ ਪੱਟਿਆ ਜਿਹੜਾ ਵਾ ਤੁਸੀਂ ਉਦੋਂ? 25 ਏਕੜ ਸੀ ਨਾ ਜਿਹਦੇ 'ਚ 25 ਏਕੜ ਦਾ ਰਜ਼ੀ ਸਾਹਿਬ ਨੇ ਨਾ ਅੰਬ ਦਾ ਬਾਗ ਪੱਟਿਆ, ਉਹਦੀ ਲੱਕੜੀ ਵੇਚੀ ਤੇ 29 ਕਿੱਲੇ ਜਿਹੜੇ ਨੇ ਜ਼ਮੀਨ ਦੇ ਮੁੱਲ ਲੈ ਲਏ। ਇੱਕ ਨਿਸ਼ਾਨੀ ਉਹ ਖਲੋਤੀ, ਬਸ ਇੱਕ ਬੂਟਾ ਉਸ ਬਾਗ 'ਚ, ਇੱਕ ਬੂਟਾ ਉਹ ਦਿਖਾਓ ਜੀ ਚੌਂਸੇ ਦਾ ਬੂਟਾ। ਨੰਬਰਦਾਰ ਸਾਹਿਬ, ਕਿਆ ਸਤਨਾਰ ਕਿਸਮ ਦਾ ਬੂਟਾ ਵਾ ਵੀ, ਇੱਧਰੋਂ ਵੀ ਲਾਈਨ ਪੂਰੀ ਆ, ਉਸ ਤੋਂ ਅੱਗੇ ਜਾ ਰਿਹਾ ਵਾ ਤੇ ਉਧਰੋਂ ਦੂਸਰਾ ਇੱਕ ਨਿਸ਼ਾਨੀ। ਆਖਰੀ ਪੈਗਾਮ ਉਹਨਾਂ ਕੋਲ ਜਾ ਰਿਹਾ ਤਾਂ। ਤੇ ਰਜ਼ੀ ਸਾਹਿਬ ਦਾ ਕਹਿਣਾ ਇਹ ਆ ਕਿ ਉਹਨਾਂ ਨੂੰ ਸਾਗਵਾਨ ਲਾਣਾ ਚਾਹੀਦਾ ਵਾ ਜੀ। ਸਾਗਵਾਨ ਥੋੜਾ ਲਾ ਲੈਣਾ, ਕਿ ਮਹਿੰਗਾ ਹੈ ਤੇ ਥੋੜਾ ਲਾ ਲਓ, ਥੋੜਾ ਲਾ ਲਓ, ਬਾਠ ਦੇ ਨਾਲ ਵੀ ਅੱਛੀ ਪੈਦਾਵਾਰ ਦਿੰਦਾ ਹੈ। ਆਮਲਾ ਲਾ ਲਓ ਕੁਝ। ਹਾਂਜੀ, ਹਾਂ, ਆਮਲਾ ਤੇ ਕਿ ਉਹ ਤੇ ਬੰਨਿਆਂ ਤੇ ਲਾ ਦਿਓ, ਵੀ ਬੜਾ ਫਸਟ ਕਲਾਸ ਫਾਇਦਾ ਦਿੰਦਾ। ਤੇ ਹਾਂ, ਰੇ ਸਭ ਇੱਧਰ ਨੂੰ ਥੋੜਾ ਜਿਹਾ ਲਓ ਜੀ। ਹੁਣ ਅਸੀਂ ਨਾ ਵਿਲਾਗ ਲੱਗੇ ਹਾਂ ਖਤਮ ਕਰਨ, ਸਾਹੀਵਾਲੋ ਤੋਂ ਆਏ ਹਾਂ ਅਸੀਂ ਇੱਥੇ ਚੀਚਾ ਵਤਨੀ 42-12 ਐਲ 'ਚ। ਹੈਂ, ਮੈਂ ਤਾਂ ਪਹਿਲੀ ਵੀ ਇੱਥੇ ਕਈ ਦਫ਼ਾ ਆਇਆ ਵਾਂ, ਅੰਜਮ ਦੇ ਨਾਲ ਪਹਿਲੀ ਦਫ਼ਾ ਆਉਣ ਦਾ ਇਤਫਾਕ ਹੋਇਆ। ਲਓ ਵੀ ਅੰਜਮ ਆਪਣਾ ਨਾ ਵਿਲਾਗ ਖਤਮ ਕਰਦਾ।
ਜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ ਕਰਦੇ ਬਸ।